ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ। ਮੈਂ ਜੀ ਆਇਆਂ। ਸ਼ੁਕਰੀਆ ਜੀ। ਪੰਜਾਬ ਦੀ ਪੋਲਿਟਿਕਸ ਨੂੰ ਸਮਝਣ ਲਈ ਅਸੀਂ ਤਿੰਨ ਸੀਨ ਜਿਹੜੇ ਉੱਭਰਦੇ ਉਹਨਾਂ ਨੂੰ ਸਮਝਣ ਦਾ ਯਤਨ ਕਰਾਂਗੇ। ਸਭ ਤੋਂ ਪਹਿਲਾ ਮੰਜ਼ਰ ਹੈ ਚਰਨਜੀਤ ਸਿੰਘ ਚੰਨੀ ਬੈਠੇ ਹੋਏ ਆ ਅਤੇ ਉਹ ਫੋਨ ਕਰ ਰਹੇ ਨੇ ਹਿਮਾਚਲ ਦੇ CM ਸੁਖਵਿੰਦਰ ਸਿੰਘ ਸੁੱਖੂ ਨੂੰ, ਔਰ ਉਹ ਜਦੋਂ ਫੋਨ ਕਰ ਰਹੇ ਆ ਤਾਂ ਉਹਨਾਂ ਦਾ ਹੀ ਇੱਕ ਸਮਰਥਕ ਉਹ ਫੋਨ ਰਿਕਾਰਡ ਕਰ ਰਿਹਾ, ਜਿਹਦੀ ਵੀਡੀਓ ਬਾਅਦ ਦੇ ਵਿੱਚ ਪਬਲਿਸ਼ ਹੁੰਦੀ ਆ। ਤੇ ਚੰਨੀ ਸਾਹਿਬ ਮੁੱਖ ਮੰਤਰੀ ਹਿਮਾਚਲ ਨੂੰ ਇਹ ਕਹਿ ਰਹੇ ਨੇ ਕਿ ਸਾਡੇ ਸੈਲਾਨੀ ਸਿੱਖਾਂ ਨਾਲ ਤੁਹਾਡੇ ਉੱਥੇ ਠੀਕ ਨਹੀਂ ਹੋ ਰਿਹਾ ਤੇ ਮਾਮਲਾ ਕੰਗਣਾ ਵਾਲਾ, ਇਹਨੂੰ ਦੇਖੋ ਜ਼ਰਾ, ਤੇ ਸਾਡੇ NRI ਜੋੜੇ ਨਾਲ ਜ਼ਿਆਦਤੀ ਹੋਈ ਹੈ। ਹੁਣ ਇੱਕ ਪਹਿਲੂ ਤਾਂ ਇਹ ਹੈ, ਇਹ ਸੀਨ ਬਣਦਾ। ਦੂਜਾ ਹੈ ਸੀਨ ਸੁਖਜਿੰਦਰ ਸਿੰਘ ਰੰਧਾਵੇ ਦੇ ਘਰ ਦਾ, ਕਾਂਗਰਸ ਦੇ ਅੰਦਰ ਦੀਆਂ ਸਾਰੀਆਂ ਗੱਲਾਂ ਨੇ ਜਿੱਥੇ ਉਹ ਇੱਕ ਸਿਲਸਿਲੇਵਾਰ ਇੰਟਰਵਿਊਜ਼ ਦੇ ਵਿੱਚ ਨੇ। ਤੇ ਤੀਜਾ ਮਾਮਲਾ ਹੈਗਾ ਜਦੋਂ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਧਰਮ ਪਤਨੀ ਨਾਲ ਵੱਖ ਵੱਖ ਥਾਵਾਂ ਤੇ ਗੁਲਦਸਤਿਆਂ ਨਾਲ ਪੇਸ਼ ਹੋ ਰਹੇ ਆ। ਤੁਹਾਨੂੰ ਯਾਦ ਹੋਣਾ, ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਇੰਜ ਲੱਗਦਾ ਸੀ ਕਿ ਸਾਰਿਆਂ ਨੂੰ ਥਾਂ ਥਾਂ ਹੀ ਫਸਾ ਕੇ ਹੱਥ ਝਾੜ ਕੇ ਤੇ ਆਪ ਆਨੰਦ ਨਾਲ ਬੈਠ ਕੇ ਵੀ ਚਲੋ ਦਿੱਲੀ ਆਪਾਂ ਹੁਣ ਇਕੱਲੇ ਰਹਿ ਗਏ। ਪਰ ਜਿਸ ਤਰੀਕੇ ਨਾਲ ਲੀਡਰਸ਼ਿਪ ਮੁੜ ਪੇਸ਼ ਹੋ ਰਹੀ ਆ, ਚਰਨਜੀਤ ਸਿੰਘ ਚੰਨੀ ਹੁਣ ਜਲੰਧਰ 'ਚ ਵੀ ਉਹਨਾਂ ਦਾ ਰੋਲ ਹੋਊਗਾ ਔਰ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਵੀ ਇਸੇ ਦੇ ਰੂਪ 'ਚ ਦਾਅਵੇਦਾਰੀ ਪੇਸ਼ ਕਰੇ, ਕਾਂਗਰਸ ਦੇ ਵਿੱਚ ਸਟੇਟ ਦਾ ਲੀਡਰ ਕੌਣ, ਇਹਦੇ 'ਤੇ ਲੜਾਈ ਤੇਜ਼ ਹੋਊਗੀ। ਹੁਣ ਇਹ ਲੜਾਈ ਇਹਨੂੰ ਆਪਾਂ ਸਮਝ ਲਾਂਗੇ, ਪਹਿਲੀ ਗੱਲ ਤਾਂ ਇਹ ਆ। ਅਤੇ ਦੂਜਾ ਦ੍ਰਿਸ਼ ਹੈਗਾ ਜਿਹੜਾ ਅਸੀਂ ਸਮਝਣਾ ਹੈ, ਮਨਪ੍ਰੀਤ ਸਿੰਘ ਅਯਾਲੀ ਅਕਾਲੀ ਦਲ ਦੇ ਵਿੱਚ ਇੱਕ ਸਾਫ਼ ਸੁਥਰਾ ਚਿਹਰਾ, ਪੜ੍ਹਿਆ ਲਿਖਿਆ ਚਿਹਰਾ, ਜਿਹਨੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਹੁੰਦਿਆਂ ਆਪਣੀ ਧਾਂਕ ਜਮਾਈ ਸੀ। ਦੇਸ਼ ਭਰ ਦੇ ਵਿੱਚੋਂ ਕਾਫ਼ੀ ਸਾਰੀਆਂ ਪਰਿਸ਼ਦਾਂ ਦੇ ਲੋਕ ਆ ਕੇ ਇੱਥੋਂ ਸਮਝਦੇ ਸੀ ਉਹਦੇ ਕੰਮ ਕਾਜ ਨੂੰ। ਅਯਾਲੀ ਨੇ ਅਸੂਲ ਪ੍ਰਸਤੀ ਪਿਛਲੇ ਦਿਨਾਂ ਦੇ ਵਿੱਚ ਦਿਖਾਈ ਔਰ ਕਈ ਸਿਧਾਂਤਕ ਸਟੈਂਡ ਇਹੋ ਜਿਹੇ ਲਏ ਜਿਵੇਂ ਪਾਰਟੀ ਦੇ ਖਿਲਾਫ਼ ਜਾ ਕੇ ਰਾਸ਼ਟਰਪਤੀ ਦੇ ਮਾਮਲੇ 'ਚ ਵੋਟ ਨਹੀਂ ਕੀਤੀ, ਤੇ ਉਹ ਵੋਟ ਜਿਹੜੀ ਪਾਰਟੀ ਚਾਹੁੰਦੀ ਸੀ ਵੀ ਇੱਥੇ ਕਰੋ, ਔਰ ਉਦੋਂ ਵਿਧਾਨ ਦਲ ਦੇ ਆਗੂ ਵੀ ਸੀਗੇ। ਮਨਪ੍ਰੀਤ ਸਿੰਘ ਅਯਾਲੀ ਦੇ ਘਰ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਬੈਠੇ ਹੋਏ ਤੇ ਸਲਾਹ ਕੀ ਹੋ ਰਹੀ ਹੈ, ਉੱਥੋਂ ਰਾਬਤਾ ਕਿੰਨਾ ਕਿੰਨਾ ਨਾ ਹੋ ਰਿਹਾ ਅਕਾਲੀ ਦਲ ਦੀ ਮੌਜੂਦਾ ਸਥਿਤੀ ਨੂੰ ਲੈ ਕੇ, ਔਰ ਇਹ ਲੋਕ ਜਿਹੜੇ ਥੋੜੀ ਜਿਹੀ ਵੱਖਰੀ ਸੁਰ ਰੱਖਦੇ ਆ ਤੇ ਚਾਹੁੰਦੇ ਆ ਕਿ ਅਕਾਲੀ ਦਲ ਦੀ ਜੇ ਇੰਨੀ ਮਾੜੀ ਹਾਲਤ ਹੋਈ ਇਹਨੂੰ ਠੀਕ ਕਿਵੇਂ ਕੀਤਾ ਜਾਵੇ, ਉਹਨਾਂ ਦੀ ਅਗਲੀ ਰਣਨੀਤੀ ਕੀ ਆ, ਅਗਲੀ ਮੀਟਿੰਗ ਕਿੱਥੇ ਹੋਣ ਵਾਲੀ ਆ ਔਰ ਅਗਲਾ ਉਹਨਾਂ ਦਾ ਕਦਮ ਕੀ ਹੋਣ ਵਾਲਾ, ਆਪਾਂ ਇਹਨੂੰ ਸਮਝਦੇ ਹਾਂ। ਦੂਜਾ ਦ੍ਰਿਸ਼ ਆ ਮਨਪ੍ਰੀਤ ਸਿੰਘ ਅਯਾਲੀ ਦੇ ਘਰ ਦਾ ਔਰ ਜਿੱਥੋਂ ਸਰਗਰਮੀ ਚੱਲ ਰਹੀ ਆ। ਇਹਦੇ ਨਾਲ ਹੀ ਇੱਕ ਸੀਨ ਹੋਰ ਬਣਦਾ ਹੈ ਸੁਖਦੇਵ ਸਿੰਘ ਢੀਂਡਸਾ ਦੀ ਚੰਡੀਗੜ੍ਹ ਵਾਲੀ 2 ਸੈਕਟਰ ਵਾਲੀ ਕੋਠੀ ਦਾ, ਚਲੋ ਆਪਾਂ ਇਹਨੂੰ ਇਕੱਠਾ ਕਲੱਬ ਕਰ ਲੈਂਦੇ ਹਾਂ। ਤੀਜਾ ਸੀਨ ਆ ਮੁੱਖ ਮੰਤਰੀ ਸਾਰੇ ਪੰਜਾਬ ਦੇ DCs ਨਾਲ ਮੀਟਿੰਗ ਦੇ ਵਿੱਚ ਨੇ, ਉਹ ਮੰਜ਼ਰ ਵੀ ਬੜਾ ਦਿਲਚਸਪ ਹੈ। ਮੁੱਖ ਮੰਤਰੀ ਖਫਾ ਬੈਠੇ ਹੋਏ ਨੇ, ਖਫਾ ਹੋਣ ਵੀ ਕਿਉਂ ਨਾ, ਸਾਰੇ ਪੰਜਾਬ ਨੇ ਹੁੰਮ ਹੁਮਾ ਕੇ ਉਹਨਾਂ ਨੂੰ ਵੱਡਾ ਬਹੁਮਤ ਦਿੱਤਾ ਤੇ ਹੁਣ 2 ਸਾਲ ਬਾਅਦ ਉਹਨਾਂ ਨੂੰ ਬਹੁਤ ਬੁਰੀ ਸਥਿਤੀ ਦਾ ਸਾਹਮਣਾ ਹੈ। ਜਿੱਥੇ ਉਹ ਇਲੈਕਸ਼ਨ ਲੜਨ ਜਾ ਰਹੇ ਆ ਉੱਥੇ ਉਹ ਤੀਜੇ ਥਾਂ ਤੇ ਹੀ ਨਹੀਂ ਗਏ, ਉੱਥੇ ਹੁਣ ਉਹਨਾਂ ਨੂੰ ਜੇ 50,000 ਵੋਟ ਲੈ ਕੇ ਜਿੱਤਣੀ ਆ ਸੀਟ ਜਲੰਧਰ ਵੈਸਟ ਦੀ ਤਾਂ ਘੱਟੋ ਘੱਟ 35,000 ਵੋਟ ਹੋਰ ਚਾਹੀਦੀ ਆ, ਸਿਰਫ 15,600 ਜਾਂ 700 ਵੋਟ ਨਾਲ ਉਹ ਖੜੇ ਨੇ। ਸੋ ਇਹ ਜਿਹੜਾ ਤੀਜਾ ਦ੍ਰਿਸ਼ ਬਣਦਾ ਹੈ ਮੁੱਖ ਮੰਤਰੀ ਦਾ DCs ਦੀ ਮੀਟਿੰਗ ਵਾਲਾ, ਇਹਦੇ ਵਿੱਚ ਮੁੱਖ ਮੰਤਰੀ ਨਾਰਾਜ਼ਗੀਆਂ ਜ਼ਾਹਰ ਕਰ ਰਹੇ ਨੇ, ਜ਼ਿੰਮੇਵਾਰੀਆਂ ਫਿਕਸ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਸਮਾਨੰਤਰ DC ਦੇ ਇੱਕ ਮੇਰਾ ਵੀ ਉੱਥੇ ਦਫ਼ਤਰ ਹੋਊਗਾ। ਔਰ ਇਹ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਦਫ਼ਤਰ ਜਿਹੜੇ ਆ ਉਹ ਜ਼ਿਲ੍ਹਿਆਂ 'ਚ ਵੀ ਹੋਣਗੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਸਹੁੰ ਚੁੱਕੀ ਸੀਗੀ। ਸੋ ਇਹ ਸੀਨ ਦੇ ਵਿੱਚੋਂ
ਕੀ ਨਿਕਲਦਾ ਔਰ ਡੀਸੀਜ਼ ਦੇ ਉੱਤੇ ਜ਼ਿੰਮੇਵਾਰੀ ਕਿਵੇਂ ਫਿਕਸ ਹੋ ਸਕਦੀ ਹੈ ਕਿ ਸਮਾਨੰਤਰ ਪਾਵਰ ਸੈਂਟਰ ਬਣਾ ਕੇ ਜੇ ਤੁਸੀਂ ਸਮਾਨੰਤਰ ਪਾਵਰ ਸੈਂਟਰ ਬਣਾਉਂਦੇ ਹੋ ਤਾਂ ਡੀਸੀ ਕਿਵੇਂ ਜਵਾਬਦੇਹ ਹੋਊਗਾ ਇਹ ਸਵਾਲ ਵੀ ਲੈਂਦੇ ਹਾਂ ਸਵਾਲ ਇੱਕ ਅੱਧ ਹੋਰ ਹੈ ਪਰ ਆਪਾਂ ਇਹਨਾਂ ਤਿੰਨਾਂ ਦੁਆਲੇ ਘੁੰਮਦੇ ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ ਜੇ ਕਾਂਗਰਸ ਦੇ ਵਿੱਚ ਆਪਾਂ ਦੇਖੀਏ ਕਾਂਗਰਸ ਨੇ 7 ਸੀਟਾਂ ਜਿੱਤੀਆਂ ਪਰ ਜਿਵੇਂ ਤੁਸੀਂ ਅੰਕੜਿਆਂ ਦਾ ਜ਼ਿਕਰ ਕਰ ਰਹੇ ਸੀ ਗੈਰ ਰਸਮੀ ਗੱਲਬਾਤ ਦੇ ਵਿੱਚ ਮਾਲਵੇ 'ਚ ਕਾਂਗਰਸ ਦਾ ਬੁਰਾ ਹਾਲ ਹੋਇਆ ਅਸੈਂਬਲੀ ਦੇ ਵਿੱਚ ਬਹੁਤ ਸੀਟਾਂ ਇੱਕ ਤਾਕਤ ਹੈ 69 ਸੀਟਾਂ 69 ਸੀਟਾਂ ਨਾਲ ਮਾਲਵਾ ਅੱਗੇ ਤੁਰਦਾ ਜਿੱਥੋਂ ਮੁੱਖ ਮੰਤਰੀ ਬਣਦੇ ਨੇ ਉੱਥੇ ਕਾਂਗਰਸ ਦੀ ਸਥਿਤੀ ਬਦਤਰ ਹੋਈ ਆ ਬਹੁਤ ਥੋੜੀਆਂ ਸੀਟਾਂ ਜਿੱਤ ਕੇ ਆਏ ਨੇ ਉੱਥੋਂ ਹੀ ਇਹਨਾਂ ਦਾ ਪ੍ਰਧਾਨ ਆ ਰਿਹਾ ਉੱਥੇ ਹੀ ਇਹਨਾਂ ਨੂੰ ਹੁਣ ਗਿੱਦੜਬਾਏ ਵਾਲੀ ਇਲੈਕਸ਼ਨ ਵੀ ਲੜਨੀ ਆ ਉੱਥੇ ਹੀ ਬਰਨਾਲੇ ਵਾਲੀ ਇਲੈਕਸ਼ਨ ਲੜਨੀ ਆ ਸੋ ਮੈਂ ਜੇ ਤੁਹਾਡੇ ਤੋਂ ਸਮਝਾਂ ਕਿ ਕਾਂਗਰਸ ਦੇ ਵਿੱਚ 4 ਲੀਡਰ ਸਰਦਾਰੀ ਲਈ ਲੜ ਰਿਹਾ ਅਸਿੱਧੇ ਰੂਪ 'ਚ ਲੜਾਈ ਨਜ਼ਰ ਨਹੀਂ ਆ ਰਹੀ ਲੇਕਿਨ ਹਰ ਕੋਈ ਨੌਕ ਕਰ ਰਿਹਾ ਪ੍ਰਤਾਪ ਸਿੰਘ ਬਾਜਵਾ ਸੁਰਖਰੂ ਹੋ ਕੇ ਬਹਿ ਗਏ ਸੀ ਮੈਨੂੰ ਲੱਗਦਾ ਉਹ ਵੀ ਰਣਨੀਤੀ ਬਣਾ ਰਹੇ ਹੋਣਗੇ ਕਿ ਇੰਨੀ ਵਾਰੀ ਬਣਦੇ ਬਣਦੇ ਰਹਿ ਗਏ ਐਤਕੀ ਕੱਲ ਨਾ ਬਣ ਜੇ ਸੋ ਮੈਂ ਸਮਝਣਾ ਚਾਹੁੰਦਾ ਕਾਂਗਰਸ ਦੀ ਸਾਰੀ ਸਮੁੱਚੀ ਸਿਆਸਤ ਨੂੰ ਅਸਲ 'ਚ ਇੱਕ ਨੈਰੇਟਿਵ ਸਿਰਜ ਕੇ ਜਿਹੜੀ ਮੇਨ ਲੀਡਰਸ਼ਿਪ ਹੈ ਕਾਂਗਰਸ ਦੀ ਸ਼ਾਇਦ ਉਹ ਰਿਵਿਊ ਨਾ ਕਰਨ ਦੇ ਇੱਕ ਤਰੀਕਾ ਕਰ ਲੱਭ ਰਹੀ ਹੈ ਵੀ ਚਲੋ ਆਪਾਂ ਜਿੱਤ ਗਏ ਜੀ ਪੰਜਾਬ ਦੇ ਲੋਕ ਸਾਡੇ ਨਾਲ ਨੇ ਐਵੇਂ ਹੀ ਚੱਲ ਜੇ ਕੰਮ ਅਤੇ ਐਵੇਂ ਚੱਲ ਕੇ ਹਾਈਕਮਾਂਡ ਨੂੰ ਵੀ ਇਹ ਕਹਿ ਜਾਏ ਦੇਖੋ ਜੀ ਅਸੀਂ ਤਾਂ ਇੰਨੀਆਂ ਤਾਂ ਜਿੱਤ ਹੀ ਲਈਆਂ ਨੇ ਇਹਦੇ ਵਿੱਚ ਤਾਂ ਕਿ ਅਗਲੀ 27 ਵਾਲੀ ਦੇਖੀ ਜਾਏ ਕਿ ਉਹ ਕਿਹਦੀ ਅਗਵਾਈ 'ਚ ਹੋਏ ਫਿਰ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਰਾਜਾ ਬੜਿੰਗ ਕਿ ਮੈਨੂੰ ਤੁਸੀਂ ਲੁਧਿਆਣੇ ਵੀ ਭੇਜਿਆ ਆਪਾਂ ਉਹ ਵੀ ਦੇਖੋ ਜਿੱਤਤੀ ਹੈ ਜਿਹੜੇ ਵੀ ਗਏ ਸਾਰਿਆਂ ਨੂੰ ਐਂ ਲੱਗ ਰਿਹਾ ਕਿ ਆਪਾਂ ਸੀਟ ਜਿੱਤੀਆਂ ਨੇ ਅਤੇ ਆਪਾਂ ਲੀਡਰ ਦੇ ਤੌਰ 'ਤੇ ਹੁਣ ਸਥਾਪਿਤ ਹੋ ਹੀ ਗਏ ਪਰ ਕਾਂਗਰਸ ਦੇ ਅੰਦਰੋਂ ਹੀ ਸਟੇਟ ਦੇ ਅੰਦਰੋਂ ਹੀ ਇਹੋ ਜਿਹਾ ਬਹੁਤ ਸਾਰੀਆਂ ਗੱਲਾਂ ਇਹੋ ਜਿਹਾ ਵਿਚਾਰਾਂ ਇਹੋ ਜਿਹੇ ਬਿਆਨ ਉੱਭਰ ਕੇ ਸਾਹਮਣੇ ਆ ਰਹੇ ਨੇ ਜਿਹੜੇ ਅੰਦਰ ਖਤਰਾ ਪੈਦਾ ਕਰਦੇ ਨੇ ਕਿ ਇਹਦਾ ਰਿਵਿਊ ਕਰੋ ਸੀਰੀਅਸਲੀ ਸਭ ਕੁਝ ਅੱਛਾ ਨਹੀਂ ਹੈ ਪੰਜਾਬ ਦੀ ਕਾਂਗਰਸ ਦੇ ਵਿੱਚ ਵੀ ਨਹੀਂ ਜਿੱਤ ਇਹ ਜਿੱਤ ਜਸ਼ਨ ਮਨਾਉਣ ਜੋਗੀ ਜਿੱਤ ਨਹੀਂ ਹੈ ਜਿੱਤ ਹੈ ਠੀਕ ਹੈ 7 ਬੰਦੇ ਆ ਗਏ ਤੇ ਉਹ ਇਦੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਮਾਮਲਾ ਪ੍ਰਗਟ ਸਿੰਘ ਹੋਣਾ ਨੇ ਉਠਾਇਆ ਸੀਗਾ ਓਪਨਲੀ ਕਿ ਕੇਵਲ 37 ਸੀਟਾਂ ਤੇ ਅਸੈਂਬਲੀ ਦੀਆਂ ਤੇ ਜਿੱਤ ਦਾ ਮਤਲਬ ਕੀ ਹੈ ਕਿ ਅੱਗੇ 27 ਹੈ ਨਾ 2027 ਦੇ ਵਿੱਚ ਅਸੈਂਬਲੀ ਹੋਣੀ ਹੈ ਅਸੈਂਬਲੀ ਲਈ ਫਤਵਾ ਕੇਵਲ 37 ਸੀਟਾਂ ਨਾਲ ਕਾਂਗਰਸ ਦਾ ਕੁਝ ਨਹੀਂ ਬਣਨਾ ਜੇਕਰ ਇਸੇ ਤਰੀਕੇ ਨਾਲ ਆਪਾਂ ਕਰਦੇ ਹਾਂ ਤਾਂ ਇਹ ਬੈਠ ਕੇ ਹਿਸਾਬ ਕਿਤਾਬ ਲਾਓ ਕਿ ਇਹੋ ਜਿਹੇ ਬਿਹਤਰ ਮਾਹੌਲ ਦੇ ਵਿੱਚ ਵੀ ਜਦੋਂ ਅਕਾਲੀ ਬੀਜੇਪੀ ਅਲਾਇੰਸ ਵੀ ਨਹੀਂ ਸੀ ਉਹ ਵੀ ਇਕੱਲੇ ਲੜ ਰਹੇ ਸੀ ਅਕਾਲੀ ਦਲ ਦੀ ਭਰੋਸੇਯੋਗਤਾ ਦਾ ਵੀ ਸਵਾਲ ਲਗਾਤਾਰ ਨਾਲ ਸੰਕਟ ਖੜਾ ਸੀ ਉਹ ਵੀ ਉਸ ਲੈਵਲ ਤੇ ਸੀ ਜਦੋਂ ਆਮ ਆਦਮੀ ਪਾਰਟੀ ਦੀ ਜਿਹੜੀ ਸੱਤਾ ਵਿਰੋਧੀ ਧਾਰਨਾਵਾਂ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਬੇਹੱਦ ਸੀਗੀਆਂ 2 ਸਾਲਾਂ ਦੇ ਵਿੱਚ ਪ੍ਰਸ਼ਾਸਨਿਕ ਕਾਰਵਾਈਆਂ ਕਾਰਗੁਜ਼ਾਰੀਆਂ ਕਰਕੇ ਉਸ ਮਾਹੌਲ 'ਚ ਵੀ ਜੇ ਇੰਨਾ ਕੁ ਮਿਲਦਾ ਇਹਦੇ 'ਚ ਸਾਡੀ ਪ੍ਰਾਪਤੀ ਕੀ ਹੈ ਇਹਦੇ 'ਤੇ ਰਿਵਿਊ ਕਰਨ ਦਾ ਜਿਹੜਾ ਸਵਾਲ ਹੈਗਾ ਔਰ ਫਿਰ ਇੱਕ ਅਗਲਾ ਸਵਾਲ ਇਹ ਉੱਠ ਰਿਹਾ ਜਿਵੇਂ ਇਹਨਾਂ ਨੇ ਤੌਰ ਰਿਕਾਰਡ ਕਿਹਾ ਸੁਖਜਿੰਦਰ ਸਿੰਘ ਰੰਧਾਵਾ ਨੇ ਕਿ ਅਸੀਂ 11 ਜਿੱਤ ਸਕਦੇ ਸੀ 11 ਚੋਂ ਛੱਡਦੇ ਕਿਹਨੂੰ ਨੇ ਦੋਨੋਂ ਉਹੀ ਛੱਡਦੇ ਨੇ ਜਿਹੜੀ ਫਰੀਦਕੋਟ ਤੇ ਖਡੂਰ ਸਾਹਿਬ ਉੱਥੇ ਤਾਂ ਕਹਿੰਦੇ ਸੀ ਭਾਵਨਾਵਾਂ ਦਾ ਇੱਕ ਵੇਗ ਚੱਲ ਗਿਆ ਚਲ ਉਹ ਛੱਡ ਦਿਓ ਤੇ ਬਾਕੀ ਤਾਂ ਅਸੀਂ ਸਾਰੀਆਂ ਜਿੱਤ ਸਕਦੇ ਸੀ ਉਹਦੇ 'ਚ ਉਹਨਾਂ ਦਾ ਇੱਕ ਤੇ ਰਾਣਾ ਗੁਰਜੀਤ ਵੀ ਔਨ ਰਿਕਾਰਡ ਕਹਿ ਰਹੇ ਨੇ ਕਈ ਮਾਮਲਿਆਂ ਦੇ ਵਿੱਚ ਕਿ ਸਾਨੂੰ ਇਹ ਦੇਖਣਾ ਪਊਗਾ 27 ਦੇ ਵਿੱਚ ਕਿ ਕਿਹੜੇ ਲੀਡਰਾਂ ਦਾ ਕੀ ਰੋਲ ਹੈ ਕੁਝ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਹੁਣ ਇੱਕ ਤਾਂ ਇਹ ਆ ਰਹੀਆਂ ਨੇ ਕਿਸੇ ਦੀ ਡਿਊਟੀ ਕਿਤੇ ਲੱਗੀ ਕਿਹੜੇ ਬੰਦਿਆਂ ਨੇ ਪਾਰਟੀ ਸੰਗਠਨ ਨੂੰ ਸੰਭਾਲਿਆ ਉਸ ਚੋਣਾਂ ਦੇ ਦੌਰਾਨ ਕਿਹੜਾ ਬੰਦਾ ਕਿੱਥੇ ਕੰਮ ਕਰੂਗਾ ਕਿਹੜਾ ਬੰਦਾ ਕਿੱਥੇ ਕੰਮ ਕਰੂਗਾ ਕਿਹੜਾ ਬੰਦਾ ਕਿੱਥੇ ਕੰਮ ਕਰੂਗਾ ਉਹ ਕਹਿੰਦੇ ਇਹ ਕੋਈ ਖਾਕਾ ਹੀ ਹੈ ਨਹੀਂ ਕਿਹੜੇ ਬੰਦੇ ਨੇ ਜਿਹੜਾ ਬੰਦਾ ਜਿੱਥੇ ਖੜਾ ਕਰਤਾ ਉਹ ਆਪਦੀ ਤਾਕਤ ਮੁਤਾਬਕ ਜਿਵੇਂ ਮਰਜ਼ੀ ਚੱਲਦੇ ਨੇ ਇਸੇ ਕਰਕੇ ਕੀ ਹੋਇਆ ਕਿ
ਬਹੁਤ ਸਾਰੇ ਬੰਦੇ ਜਿਹੜੇ ਆਪੋ ਆਪਣੀਆਂ ਸੀਟਾਂ ਤੋਂ ਚਲੇ ਗਏ ਵੱਡੇ ਲੀਡਰਾਂ ਦੇ ਨਾਲ। ਜਦੋਂ ਵੱਡੇ ਲੀਡਰਾਂ ਦੇ ਨਾਲ ਚਲੇ ਗਏ ਜਿੱਥੇ ਦੂਜੇ ਖੜੇ ਸੀਗੇ ਉਹਨਾਂ ਨਾਲ ਤਾਂ ਬੰਦੇ ਹੀ ਨਹੀਂ ਬਚੇ ਉੱਥੇ ਕੰਮ ਕਰਨ ਵਾਲੇ ਉਹਨਾਂ ਹਲਕਿਆਂ ਦੇ ਵਿੱਚ। ਜਦੋਂ ਬੰਦੇ ਲੰਘ ਗਏ ਕਿਧਰੇ ਵੱਖ ਵੱਖ ਮਾਮਲਿਆਂ ਦੇ ਵਿੱਚ, ਔਰ ਈਵਨ ਲੁਧਿਆਣੇ ਦਾ ਜ਼ਿਕਰ ਕੀਤਾ ਖਾਸ ਤੌਰ 'ਤੇ ਜੇਕਰ ਆਪਾਂ ਗੱਲ ਕਰੀਏ ਰਾਣਾ ਗੁਰਜੀਤ ਨੇ, ਤਾਂ ਵੀ ਕਿੰਨੇ ਹੀ ਬੰਦੇ ਕਿੰਨੇ ਕਿੰਨੇ ਥਾਵਾਂ ਤੋਂ ਉੱਥੇ ਚਲੇ ਗਏ ਨੇ, ਤਾਂ ਉੱਥੇ ਕੀ ਹੋਣਾ, ਮਤਲਬ ਦੂਜੇ ਥਾਵਾਂ ਦੇ ਉੱਤੇ ਜਿਹੜੀ ਕਮਜ਼ੋਰੀ ਆਉਂਦੀ ਆ ਤਾਂ ਉਹਦੀ ਭਰਪਾਈ ਕੌਣ ਕਰੂਗਾ, ਇਹ ਸਭ ਦੇ ਸਾਹਮਣੇ ਦਿਖਾਈ ਦੇ ਰਿਹਾ ਸੀ। ਔਰ ਉਹਨੇ ਇੱਥੋਂ ਤੱਕ ਵੀ ਕਿਹਾ ਮੈਨੂੰ ਕਿਸੇ ਨੇ ਕਿਹਾ ਹੀ ਨਹੀਂ, ਮੇਰੀ ਜ਼ਿੰਮੇਵਾਰੀ ਕਿਤੇ ਹੈ, ਕਹਿੰਦੇ ਫਿਰ ਮੈਂ ਫਿਰੋਜ਼ਪੁਰ ਮਾੜਾ ਜਿਹਾ ਲੱਗਿਆ ਰਿਹਾ, ਮੇਰੇ ਹਲਕੇ 'ਚ ਤਾਂ ਮੈਨੂੰ ਕੰਮ ਹੀ ਨਹੀਂ ਕਰਨ ਦੀ ਲੋੜ ਹੁੰਦੀ, ਬਾਕੀ ਕਿਤੇ ਮੈਨੂੰ ਕਿਸੇ ਨੇ ਨਹੀਂ ਕਿਹਾ ਵੀ ਇਹ ਚੀਜ਼ ਇਹੋ ਜਿਹੀ ਕੋਈ ਗੱਲ ਹੈ। ਔਰ ਇਹ ਜਿਹੜੇ ਸਾਰਾ ਇੱਕ ਪ੍ਰੋਸੈਸ ਜਿਹੜਾ ਇਸ ਲੈਵਲ ਦੇ ਉੱਤੇ ਚੱਲਦਾ, ਨਾਲ ਇੱਕ ਵੱਡਾ ਕੁਐਸਚਨ ਇਹ ਹੋਇਆ ਕਿ ਮਾਲਵਾ ਜਿਹੜਾ ਉਹ ਸਾਫ਼ ਵਰਗ ਹੈ ਸਾਡਾ, ਮਤਲਬ ਸਾਫ਼ ਦਾ ਮਤਲਬ ਇਹ ਹੈ ਕਿ ਇੱਥੇ ਡਾਕਟਰ ਗਾਂਧੀ ਪਟਿਆਲੇ ਤੋਂ ਸ਼ੁਰੂ ਹੋ ਕੇ ਕੇਵਲ 2 ਸੀਟਾਂ ਨੇ ਜਿੱਥੋਂ ਮਾਰਜਨ ਉਹਨਾਂ ਦਾ ਹੈ ਫਸਟ ਪਹਿਲੇ ਨੰਬਰ 'ਤੇ, ਭਾਵੇਂ ਸੀਟ ਉਹ ਜਿੱਤ ਗਏ ਪਰ ਬਾਕੀ ਸੀਟਾਂ 'ਤੇ ਉਹ ਸੈਕਿੰਡ ਅਤੇ ਕਿਤੇ ਥਰਡ ਵੀ ਨੇ। ਇਹ ਕਿਉਂ ਹੈ? 9 ਦੀਆਂ 9 ਹਲਕੇ ਜਿਹੜੇ ਅਸੈਂਬਲੀ ਦੇ ਹਲਕਿਆਂ 'ਚੋਂ ਕੇਵਲ 4 ਤੇ ਆਮ ਆਦਮੀ ਪਾਰਟੀ ਜਿੱਤ ਗਈ ਹੈ ਅਤੇ ਲਗਭਗ 3 ਤੇ ਬੀਜੇਪੀ ਨੇ ਮਤਲਬ ਲੀਡ ਕੀਤਾ ਪਟਿਆਲੇ ਹਲਕੇ 'ਚੋਂ। ਸੰਗਰੂਰ ਦੇ ਵਿੱਚ ਵੀ ਇਹੋ ਜਿਹਾ ਹਾਲ ਹੈ ਤੇ ਕਿਲ੍ਹਾ ਉਹ ਤਾਂ ਮਲੇਰਕੋਟਲਾ, ਮਲੇਰਕੋਟਲਾ ਇੱਕ ਕਮਿਊਨਿਟੀ ਨੇ ਵੋਟਾਂ ਜ਼ਿਆਦਾ ਪਾਉਣੀਆਂ ਸੀ ਪਾਰਟੀਆਂ, ਤੇ ਜਿਹਦੇ ਕਰਕੇ ਇੱਕ ਰਾਈਜ ਤੁਹਾਡਾ ਲੱਗਦਾ ਕਿ ਇੱਕ ਸੀਟ ਅੱਗੇ, ਉਹ ਬਾਕੀ ਸਾਰੀਆਂ ਤੁਹਾਡੀਆਂ ਚਲੀਆਂ ਗਈਆਂ। ਬਠਿੰਡਾ ਪੂਰੇ ਹਲਕੇ ਦੇ ਵਿੱਚ ਵੀ ਇੱਕ ਸੀਟ ਨੂੰ ਛੱਡ ਕੇ ਮਾਨਸਾ ਜ਼ਿਲ੍ਹੇ ਦੀ ਕਿ ਤੁਹਾਡੀਆਂ ਸਾਰੀਆਂ ਚਲੀਆਂ ਗਈਆਂ, ਤੇ ਅੱਗੇ ਜਾ ਕੇ ਰਾਜਾ ਬੜਿੰਗ ਦੀ ਆਪਦੀ ਸੀਟ ਵੀ ਚਲੀ ਗਈ ਜਿਹੜੇ ਮੁਕਤਸਰ 'ਚ ਪੈਂਦੀ ਹੈ, ਮਤਲਬ ਫਰੀਦਕੋਟ 'ਚ ਪੈਂਦੀ ਹੈ, ਗਿੱਦੜਵਾਹਾ ਜਿੱਥੇ 22 ਇਲੈਕਸ਼ਨ ਵੀ ਹੋਣੀ ਹੈ ਕਿਉਂਕਿ ਹੁਣੇ, ਔਰ ਆਲਮੋਸਟ 12,000 ਤੋਂ ਵੱਧ ਵੋਟਾਂ ਦਾ ਗੈਪ ਹੈ ਹਾਰਨ ਦਾ ਜਿਹੜਾ ਉਹ ਸਾਰੇ ਮਾਮਲੇ ਦੇ ਵਿੱਚ, ਤੇ ਉਦੋਂ ਅੱਗੇ ਚਲਦੇ ਜਾਓ ਕਿਤੇ ਵੀ ਅਬੋਹਰ ਚਲੇ ਜਾਓ, ਬੱਲੂਆਣਾ ਚਲੇ ਜਾਓ, ਫਾਜ਼ਿਲਕਾ ਚਲੇ ਜਾਓ, ਕਿਤੇ ਵੀ ਆਲੇ ਦੁਆਲੇ ਜਿੱਥੇ ਜਿੱਥੇ ਚਲੇ ਜਾਂਦੇ ਹੋ। ਹਾਂ, ਉੱਥੇ ਘੁਬਾਇਆ ਥੋੜੀਆਂ ਜਿਹਾ ਇੱਕਾ ਦੁੱਕਾ ਸੀਟਾਂ ਤੇ ਜਿੱਥੇ ਕਿਤੇ ਰਨ ਕੀਤਾ, ਇੱਕ ਵੋਟਾਂ ਉਹਨੂੰ ਪੈ ਗਈਆਂ ਕੰਸੋਲੀਡੇਟਡ ਜਿਹਦੇ ਕਰਕੇ 4 ਕੋਨੇ ਮੁਕਾਬਲੇ 'ਚ ਜਿੱਤ ਗਏ, ਪਰ ਜਿਹੜਾ ਤੁਹਾਡੇ ਕੋਲ ਸਾਰੀਆਂ ਸੀਟਾਂ ਦਾ ਇੱਥੋਂ ਸਿਰੇ ਤੋਂ ਲੈ ਕੇ ਉੱਥੇ ਤੱਕ ਦਾ ਰਿਜ਼ਲਟ ਹੈ, ਇਹਨੂੰ ਮਨਿਊਟਲੀ ਜੇ ਨਹੀਂ ਵਿਚਾਰਦੀ ਕਾਂਗਰਸ ਕੀ ਨੁਕਸ ਨੇ, ਐਵੇਂ ਘੱਟ ਵੋਟ ਕਿਉਂ ਪਈ ਆ ਇੱਥੇ ਸਾਰੇ ਮਾਮਲਿਆਂ ਦੇ ਵਿੱਚ, ਤਾਂ ਅਗਲੇ ਲਈ ਖਤਰਾ ਤਾਂ ਹੈ ਹੀ ਆ ਆਉਣ ਵਾਲੇ ਸਮੇਂ ਦੇ ਲਈ। ਕੋਈ ਇਹੋ ਜਿਹੀ ਮੀਟਿੰਗ ਦੀ ਕਾਲ ਕੀਤੀ ਗਈ ਹੈ ਜੇ, ਜਿਵੇਂ ਤੁਸੀਂ ਪਹਿਲਾਂ ਬੋਲਦੇ ਕਿਹਾ ਕਿ ਪ੍ਰਧਾਨ ਜੀ ਤਾਂ ਜੇ ਗੁਲਦਸਤਿਆਂ ਨਾਲ ਜਿੱਤ ਦਾ ਜਸ਼ਨ ਮਨਾ ਰਹੇ ਨੇ, ਠੀਕ ਹੈ ਲੋਕਲ ਮਨਾਉਣਾ ਵੀ ਚਾਹੀਦਾ ਜਿੰਨੀ ਕੁ ਹੈਗੀ ਹੈ, ਪਰ ਜ਼ਿੰਮੇਵਾਰੀ ਉਦੋਂ ਵੱਡੀ ਹੈ ਲੀਡਰ ਆਫ ਅਪੋਜੀਸ਼ਨ ਤੇ ਪ੍ਰਧਾਨ ਤੇ ਕਿ ਕੋਈ ਮੀਟਿੰਗ ਸੱਦ ਕੇ ਇੱਕ ਰਿਵਿਊ ਵੀ ਤਾਂ ਕਰਨਾ ਹੁੰਦਾ ਹਰੇਕ ਗੱਲ ਦਾ ਆਪਸ ਦੇ ਵਿੱਚ, ਤੇ ਉਹ ਰਿਵਿਊ ਦੇ ਵਿੱਚੋਂ ਮੇਰਾ ਖਿਆਲ ਹੈ ਵੱਡੀ ਲੀਡਰਸ਼ਿਪ ਬਚ ਰਹੀ ਹੈ ਹਜੇ ਫਿਲਹਾਲ, ਹਜੇ ਇਹੀ ਕਹਿ ਰਹੀ ਹੈ ਕਿ ਆਪਾਂ ਤਾਂ ਜੋ ਕੀਤਾ ਚੰਗਾ ਕੀਤਾ। ਔਰ ਇਹ ਵੀ ਸੁਣਿਆ ਗਿਆ ਕਿ ਹੈਲੀਕਾਪਟਰ ਵੀ ਪ੍ਰਤਾਪ ਸਿੰਘ ਬਾਜਵਾ ਦੀ ਡਿਸਪੋਜ਼ਲ ਤੇ ਸੀਗਾ ਮੀਟਿੰਗਾਂ ਰੈਲੀਆਂ ਕਰਨ ਲਈ ਬੜੇ ਵੱਡੇ ਪੱਧਰ ਦੇ ਉੱਤੇ, ਓਡਾ ਉਹ ਚੱਲਦਾ ਵੀ ਨਹੀਂ ਦੇਖਿਆ ਕਿਤੇ, ਉਹ ਹੈਲੀਕਾਪਟਰ ਵੀ ਨਹੀਂ ਚੱਲਦਾ ਦੇਖਿਆ ਸ਼ਾਇਦ, ਕਿ ਉਹ ਸਾਰੇ ਕਿਤੇ ਐਡੀਆਂ ਰੈਲੀਆਂ 'ਚ ਜਾ ਕਿਤੇ ਹੋ ਰਹੀਆਂ ਨੇ ਜਾਂ ਜਾ ਰਹੀਆਂ ਨੇ। ਔਰ ਇਹ ਇੱਕ ਗੱਲ ਮੰਨੀ ਜਾਣੀ ਹੈ ਕਿ ਮਾਹੌਲ ਹੀ ਇੰਨਾ ਜ਼ਿਆਦਾ ਕਾਂਗਰਸ ਦੇ ਫੇਵਰ 'ਚ ਇਸ ਸਮੇਂ ਸੀ ਕਿ ਇਹ ਸੀਟਾਂ ਉਨੀਆਂ ਕੁ ਲੈ ਗਏ। ਜਦੋਂ ਅਸੈਂਬਲੀ ਦੇ ਵਿੱਚ ਜ਼ੋਰਦਾਰ ਤਰੀਕੇ ਦੀ ਗੱਲ ਹੋਣੀ ਹੈ ਨਾ, ਉਹਦੀ ਤਾਂ ਕੰਪੇਅਰ ਹੋਰ ਤਰੀਕੇ ਨਾਲ ਹੁੰਦੀ ਹੈ, ਜੇ ਪਾਰਲੀਮੈਂਟ ਫਿਰ ਵੀ ਥੋੜ੍ਹਾ ਜਿਹਾ ਓਨਾ ਨਹੀਂ ਹੁੰਦਾ, ਔਰ ਹਰ ਅਸੈਂਬਲੀ ਤੇ ਜਾਣਾ ਪੈਂਦਾ ਤੇ ਲੀਡਰ ਵੀ ਆਪਦੇ ਆਪਦੇ ਥਾਂ ਫਸੇ ਹੁੰਦੇ ਨੇ ਸਾਰੇ, ਔਰ ਕਿਉਂਕਿ ਜੇ ਚੀਫ ਮਿਨਿਸਟਰ ਬਣਨਾ ਤਾਂ ਇਹ ਸਾਰਿਆਂ ਨੂੰ ਅਸੈਂਬਲੀ ਵੀ ਲੜਨੀ ਹੋ ਪੈਣੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਬਾਜਵਾ ਤਾਂ ਲੜਨਗੇ ਤੇ ਬਾਕੀ ਲੜਨਗੇ, ਤਾਂ ਆਪਣੇ 'ਚੋਂ ਟਾਈਮ ਕੱਢ ਕੇ ਜਾਣਾ ਇਹ ਵੀ ਬੜਾ ਔਖਾ ਜਿਹਾ ਕੰਮ ਹੋ ਜਾਂਦਾ। ਫਿਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮਤਲਬ ਕਾਂਗਰਸ
ਆਪਣੇ ਆਪ ਨਾਲ ਹੀ ਕਥਾਰਸਜ ਕਰਕੇ ਜੇਤੂ ਅੰਦਾਜ਼ ਚ ਹੋ ਕੇ ਕਿਵੇਂ ਬਹਿ ਗਈ, ਸਾਰਾ ਕੁਝ ਅੱਛਾ ਨਹੀਂ ਹੈ। ਔਰ ਪ੍ਰਗਟ ਸਿੰਘ ਹੋਣੀ ਨੇ ਉਹ ਪਹਿਲਾਂ ਕਹਿ ਕੇ ਤੇ ਉਹ ਤਾਂ ਕਹਿੰਦੇ ਵੀ ਚਲੋ ਜੀ ਇੱਥੇ ਹਜੇ ਰਹਿਣ ਦਿਓ, ਕੁਝ ਮੀਟਿੰਗਾਂ ਮੂਟਿੰਗਾਂ ਨਹੀਂ ਹੈ, ਉਹ ਪਰਿਵਾਰ ਸਮੇਤ 10 ਕੁ ਦਿਨ ਲਈ ਚਲੇ ਗਏ ਛੁੱਟੀ ਮਨਾਉਣ ਤੇ ਆਉਣਗੇ। ਅਜੇ ਜਲੰਧਰ ਦੀ ਬਾਈ ਇਲੈਕਸ਼ਨ ਹੈ, ਸ਼ਾਇਦ ਉਹ 21-22 ਤਰੀਕ ਨੂੰ ਵਾਪਸ ਆਉਣਗੇ ਜਿੱਥੇ ਵੀ ਗਏ ਨੇ। ਤੇ ਇਹ ਜਿਹੜਾ ਸਾਰਾ ਮਾਮਲਾ, ਜਦੋਂ ਹੇਠਾਂ ਕੋਈ ਮੀਟਿੰਗ ਨਹੀਂ ਬਣਾਉਂਦਾ ਜਾਂ ਗੱਲ ਨਹੀਂ ਕਰਦਾ ਉਸ ਪੱਧਰ ਦੇ ਉੱਤੇ, ਤਾਂ ਕਿਵੇਂ ਇਹ ਸਾਰੀ ਚੀਜ਼ ਦੇਖੀ ਜਾਣੀ ਹੈ। ਇਹ ਕਾਫੀ ਮਾਮਲਾ ਸੀਰੀਅਸ ਹੈ, ਮਤਲਬ ਕੱਲਾ ਜਦੋਂ ਆਪਾਂ ਕਹਿੰਦੇ ਸੰਕਟ ਅਕਾਲੀ ਦਲ ਦਾ ਹੈ, ਸੰਕਟ ਆਪ ਚ ਹੈ, ਸੰਕਟ ਕਾਂਗਰਸ ਦੇ ਵਿੱਚ ਵੀ ਹੈ। ਇਹ ਐਡਾ ਸੌਖਾ ਨਹੀਂ ਲੀਡ ਕਰਨਾ 27 ਦਾ ਕੰਮ, ਬਹੁਤ ਜ਼ਿਆਦਾ ਲੋਕਾਂ ਨੂੰ ਸੰਤੁਸ਼ਟ ਕਰਨ ਦੀ ਗੱਲ ਹੈ, ਤੁਹਾਡੀ ਲੀਡਰਸ਼ਿਪ ਨੂੰ ਸੰਤੁਸ਼ਟ ਕਰਨ ਦੀ ਗੱਲ ਹੈ, ਤੇ ਫਿਰ ਵਰਕਰਾਂ ਨੂੰ ਸੰਤੁਸ਼ਟ ਕਰਨ ਦੀ ਗੱਲ ਹੈ, ਫਿਰ ਆਰਗੇਨਾਈਜੇਸ਼ਨ ਕਿੱਥੇ ਜਾਂਦੀ ਹੈ? ਕੀ ਹੁਣ ਇਹ ਇੰਡੀਵਿਜੁਅਲ ਰਹਿ ਗਏ? ਜਿਹੜਾ ਇੰਡੀਵਿਜੁਅਲ ਜਿੱਥੇ ਜਾਊਗਾ ਉੱਥੇ ਬੰਦੇ ਚਲੇ ਜਾਣਗੇ, ਜਾਂ ਸੰਗਠਨ ਹੈ, ਸੰਗਠਨ ਜ਼ਿੰਮੇਵਾਰੀਆਂ ਲਾਉਂਦਾ, ਆਪੋ ਆਪਣੀ ਜ਼ਿੰਮੇਵਾਰੀ ਦਿੰਦਾ ਕਿ ਤੁਸੀਂ ਇੱਥੇ ਖੇਡਣਾ, ਇੱਥੇ ਨਹੀਂ ਖੇਡਣਾ, ਇੱਥੇ ਆਹ ਕਰਨਾ, ਉਹ ਮਿਸਿੰਗ ਰਿਹਾ ਇਸ ਇਲੈਕਸ਼ਨ ਦੇ ਵਿੱਚ। ਕਾਂਗਰਸ ਦੀ ਜਥੇਬੰਦੀ ਮਿਸਿੰਗ ਰਹੀ ਹੈ, ਵਿਅਕਤੀਆਂ ਦਾ ਰੋਲ ਤੇ ਹਾਲਾਤ ਦਾ ਰੋਲ ਸਾਰੇ ਹੈ। ਇਹਨੂੰ ਕਿਵੇਂ ਇੰਪਰੂਵ ਕਰਨਗੇ, ਬਹੁਤ ਬੜਾ ਕੁਐਸਚਨ ਮਾਰਕ ਕਾਂਗਰਸ ਦੇ ਦਾਇਰੇ ਦੇ ਵਿੱਚ ਵੀ ਵਿਚਾਰਿਆ ਜਾ ਰਿਹਾ ਇਨਫੋਰਮਲ ਤਰੀਕੇ ਨਾਲ। ਔਰ ਉਹ ਇਨਫੋਰਮਲ ਤਰੀਕਾ ਫਾਰਮਲ ਕਦੋਂ ਜਨਮ ਆਏਗਾ, ਇਹ ਉਦੋਂ ਬਾਅਦ ਦੀ ਗੱਲ ਹੈ। ਦੇਖੋ ਗੱਲ ਇਹ ਹੈ ਕਿ ਇਹਨਾਂ ਨੇ ਜਿਹੜੇ ਇਹ ਵੱਡੇ ਲੀਡਰ ਨੇ ਨਾ, ਇਹਨਾਂ ਨੇ ਆਪਣੇ ਆਪਣੇ ਸਥਾਨ ਬਣਾ ਲਏ ਨੇ। ਹੁਣ ਜੇਕਰ ਰਾਹੁਲ ਗਾਂਧੀ ਦੀ ਉਹ ਭਾਸ਼ਣ ਨੂੰ ਦੇਖੀਏ ਜਿਹੜਾ ਉਹਨਾਂ ਨੇ ਲੁਧਿਆਣੇ ਦੀ ਰੈਲੀ ਚ ਕੀਤਾ ਸੀ, ਤੇ ਉਹਨਾਂ ਨੇ ਜਿੱਦਾਂ ਰਵਨੀਤ ਬਿੱਟੂ ਨੂੰ ਅਮਿਤ ਸ਼ਾਹ ਨੇ ਬੈਕ ਕੀਤਾ, ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਉਹਨੂੰ ਆਪਣਾ ਬੰਦਾ ਦੱਸਿਆ। ਔਰ ਰਾਜਾ ਬੜਿੰਗ ਕਾਫੀ ਉਤਸ਼ਾਹ ਚ ਨੇ ਕਿ ਕੋਈ ਵੱਡੀ ਗੱਲ ਨਹੀਂ ਕਿ ਅਗਲੀ ਵਾਰੀ ਉਹਨਾਂ ਦੀ ਹੈ। ਔਰ ਸੁਖਜਿੰਦਰ ਸਿੰਘ ਰੰਧਾਵਾ ਰਾਜਸਥਾਨ ਦੇ ਵਿੱਚ ਕਾਫੀ ਚੰਗਾ ਪਰਫਾਰਮ ਕਰਨ ਤੋਂ ਬਾਅਦ, ਆਪਣੀ ਸੀਟ ਜਿੱਤਣ ਤੋਂ ਬਾਅਦ ਬੜੇ ਉਤਸ਼ਾਹ ਚ ਨੇ, ਜਿੱਦਾਂ ਉਹ ਮੀਟਿੰਗਾਂ ਜਿਸ ਤਰੀਕੇ ਨਾਲ ਉਹ ਇੰਟਰਵਿਊਸ ਦੇ ਰਹੇ ਨੇ, ਤੇ ਉਹਨਾਂ ਨੇ ਗਾਂ ਇੱਥੇ ਇਲੈਕਸ਼ਨ ਵੀ ਲੜਨੀ ਹੈ, ਡੇਰਾ ਬਾਬਾ ਨਾਨਕ ਚ ਪਰਿਵਾਰ ਵੱਲੋਂ ਹੀ ਕੋਈ ਲੜੇਗਾ, ਔਖਾ ਹੈ ਅਦਰਵਾਈਜ਼। ਮੈਨੂੰ ਲੱਗਦਾ ਰਾਜਾ ਬੜਿੰਗ ਵੀ ਆਪਣੀ ਘਰਵਾਲੀ ਨੂੰ ਉਹ ਟਿਕਟ ਦਵਾ ਹੀ ਲੈਣਗੇ, ਕਿਉਂਕਿ ਉਹਨਾਂ ਨੇ ਕਹਿਣਾ ਕਿ ਜੇ ਮੇਰੇ ਤੋਂ ਜਿਤਾਉਣਾ ਚਾਹੁੰਦੇ ਹੋ ਤਾਂ ਫਿਰ ਇੰਜ ਕਰੋ। ਜਿਹੜਾ ਤੀਜਾ ਮਾਮਲਾ ਉਹ ਸਭ ਤੋਂ ਜ਼ਿਆਦਾ ਨਾਜ਼ੁਕ ਆ, ਚਰਨਜੀਤ ਸਿੰਘ ਚੰਨੀ ਸਭ ਤੋਂ ਵੱਡੀ ਜਿੱਤ, ਤੇ ਇੱਕ ਖਾਸ ਵਿਸ਼ੇਸ਼ ਵਰਗ ਤੋਂ ਆਉਣਾ, ਇੱਕ ਦਲਿਤ ਕੈਟਾਗਰੀ ਦੇ ਵਿੱਚ ਹੋਣਾ, ਉਹਨਾਂ ਨੂੰ ਪਹਿਲਾਂ ਵੀ ਸੀਐਮ ਬਣਾ ਕੇ ਗਿਆ ਤੇ ਹੁਣ ਵੀ ਉਹਨਾਂ ਦੀ ਸਰਗਰਮੀ ਘੱਟ ਨਹੀਂ ਆ। ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਦੰਦ ਤਿੱਖੇ ਕਰ ਲੈਣੇ ਚਾਹੀਦੇ ਆ। ਐਡਾ ਸੌਖਾ ਜਿੱਤ ਦੇ ਜਸ਼ਨ ਨਹੀਂ ਹੋਣੇ, ਐਡਾ ਸੌਖਾ ਜੇਤੂ ਮੰਚ ਤੇ ਮੱਥਾ ਟੇਕ ਕੇ ਚੜਿਆ ਨਹੀਂ ਜਾਣਾ। ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿੱਦਾਂ ਦੀ ਸ਼ਹਿਨਾਈ ਵੱਜੇ। ਖਰ ਮੈਂ ਅੱਗੇ ਵੱਧਾਂ, ਆਪਾਂ ਕਾਂਗਰਸ ਦੀ ਇਸ ਜਿਹੜੀ ਸਮੁੱਚੀ ਜਿਹੜੀ ਹੁਣ ਜਲੰਧਰ ਦੇ ਵਿੱਚ ਉਹਨਾਂ ਦੀ ਮੂਵ ਹੈ, ਇੱਕ ਰੌਲਾ ਕੱਲ ਪੈਂਦਾ ਰਿਹਾ ਸਾਰਾ ਦਿਨ ਕਿ ਮਹਿੰਦਰ ਸਿੰਘ ਕੇਪੀ ਰਿਸ਼ਤੇਦਾਰੀ ਦੇ ਚੱਕਰ 'ਚ ਤੇ ਬਾਕੀ ਉਹਨਾਂ ਨੂੰ ਲਿਆਉਣ ਦਾ ਯਤਨ ਹੋ ਰਿਹਾ। ਮਹਿੰਦਰ ਸਿੰਘ ਕੇਪੀ ਵੈਸੇ ਵੀ ਅਕਾਲੀ ਦਲ ਦੇ ਵਿੱਚ ਆਪਣੇ ਆਪ ਨੂੰ ਫਿੱਟ ਫੀਲ ਨਹੀਂ ਕਰ ਰਹੇ ਉਸ ਕਲਚਰ ਦੇ ਵਿੱਚ, ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਸਥਿਤੀ ਬਣੀ ਹੈ ਹਲਕਿਆਂ ਦੇ ਵਿੱਚ, ਅਸੈਂਬਲੀ ਹਲਕਿਆਂ 'ਚ ਉਹਨਾਂ ਨੂੰ ਵੋਟਾਂ ਪਈਆਂ ਜਲੰਧਰ ਦੇ ਵਿੱਚ, ਉਹ ਅੱਗੇ ਨਾਲੋਂ ਵੀ ਨਿਰਾਸ਼ ਦੱਸੇ ਜਾਂਦੇ ਆ। ਔਰ ਉਹਨਾਂ ਨੂੰ ਵੀ ਵਾਪਸ ਲਿਆਉਣ ਦੀ ਕੋਈ ਕਵਾਇਦ ਮੰਨੀ ਗਈ ਆ। ਕੱਲ ਦੇ ਜੇ ਮੀਡੀਆ ਸਾਰੇ ਨੂੰ ਦੇਖੀ, ਅਸੀਂ ਇਹਦੇ ਉੱਤੇ ਕੰਮ ਨਹੀਂ ਕੀਤਾ, ਹੋਮਵਰਕ ਨਹੀਂ ਕੀਤਾ, ਇਸ ਕਰਕੇ ਦਾਵਾ ਕੋਈ ਨਹੀਂ, ਅੱਗੇ ਚੱਲਦੇ। ਜੀ ਜੀ, ਇਸ ਤੇ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਇਦੋਂ ਪਹਿਲਾਂ ਇਸ ਚੋਣ ਤੋਂ ਪਹਿਲਾਂ ਮਹਿੰਦਰ ਸਿੰਘ ਕੇਪੀ ਨੂੰ ਇਹ ਜ਼ੋਰ ਲਾਇਆ ਗਿਆ ਸੀ, ਚੰਨੀ ਨੇ ਵੀ ਲਾਇਆ, ਪ੍ਰਗਟ ਸਿੰਘ ਹੋਣਾ ਨੇ ਵੀ, ਕਾਫੀ ਡਿਸਕਸ ਹੋਈ ਸੀ ਕਿ ਆਹ ਸੀਟ ਖਾਲੀ ਹੋਣੀ ਹੈ, ਤੁਸੀਂ ਇਹ ਲੜ ਲਿਓ, ਅਸੈਂਬਲੀ ਸੀਟ ਹੈ ਇਸ ਵਾਰ, ਇਹ ਤੁਹਾਡੇ ਲਈ ਹੈ, ਅਸੀਂ ਤੁਹਾਡੇ ਨਾਲ ਇਹ ਕਮਿਟਮੈਂਟ ਕਰਦੇ ਹਾਂ, ਤੁਸੀਂ ਉਦੋਂ ਤੱਕ ਬਹਿ ਜਾਓ ਕਿਉਂਕਿ ਇਹ ਤਾਂ ਖਾਲੀ ਹੋਣੀ ਹੈ। ਤਾਂ ਡਿਫੈਕਸ਼ਨ ਹੈ ਇਹ, ਤਾਂ ਚਾਹੇ ਜਿੱਤ ਹਾਰ ਦਾ ਸਵਾਲ ਹੀ ਨਹੀਂ, ਕੌਣ ਜਿੱਤੇਗਾ ਕੌਣ ਨਹੀਂ, ਇਹ ਤਾਂ ਡਿਫੈਕਟ ਹੋਇਆ ਹੋਇਆ ਤੇ ਸੀਟ ਖਾਲੀ ਹੋਣੀ ਹੈ। ਬਿਲਕੁਲ, ਉਹ ਕਹਿੰਦੇ ਕੇਪੀ ਸਾਹਿਬ ਬਸ ਕਿਤੇ ਦੂਜੇ ਪਾਸੇ ਫਿਰ ਚਲੇ ਗਏ ਕਿਸੇ ਨਾ ਕਿਸੇ ਰੂਪ ਚ। ਇਹ ਸੀਟ ਆਫਰ ਇਹਨਾਂ ਨੂੰ ਪਹਿਲਾਂ ਆਲਰੇਡੀ ਕਾਂਗਰਸ ਨੇ ਕੀਤੀ ਸੀਗੀ, ਹੁਣ ਇਹ ਨਹੀਂ ਪਤਾ ਕਿ ਦੁਬਾਰਾ ਫਿਰ ਕਾਂਗਰਸ ਇਹ ਸੀਟ ਆਫਰ ਕਰੇਗੀ,
ਜਾਂ ਕੀ ਕਰੇਗੀ, ਇਹ ਤੋਂ ਬਾਅਦ ਦਾ ਸਵਾਲ ਹੈ। ਵੈਸੇ ਕਾਂਗਰਸ ਨੇ ਜਲੰਧਰ ਸੀਟ ਤੇ 5 ਬੰਦਿਆਂ ਦੇ ਨਾਮ ਤੇ ਇੱਕ ਸਰਵੇ ਸਟਾਰਟ ਕੀਤਾ, 5 ਕੈਂਡੀਡੇਟਾਂ ਨੂੰ ਮੁੱਖ ਰੱਖ ਕੇ, ਉਹ 'ਚ KP ਤਾਂ ਨਹੀਂ ਹੈ ਔਰ ਇੱਕ ਕੋਈ ਬੀਬੀ ਆ 4-5 ਵਾਰ ਦੀ ਜਿਹੜੀ ਕੌਂਸਲਰ ਹੈ ਔਰ ਇੱਕ ਪਵਨ ਕੁਮਾਰ ਨਾਂ ਦੇ ਵੀ ਬੰਦੇ ਨੇ, ਉਹ ਵੀ MC ਨੇ, ਕਈ MCਾਂ ਦੇ ਆਧਾਰ ਦੇ ਉੱਤੇ 5 ਬੰਦਿਆਂ ਦੇ ਨਾਂ ਤੇ ਸਰਵੇ ਹੈ ਤੇ ਉਹ 5 ਬੰਦਿਆਂ ਦੇ ਅੱਜ ਕੱਲ੍ਹ 'ਚ ਜੋ ਵੀ ਸਰਵੇ ਹੋਏਗਾ, ਜਿਹੜਾ ਲੀਡ ਸਰਵੇ ਹੋਏਗਾ, ਸ਼ਾਇਦ ਉਹਨੂੰ ਟਿਕਟ ਮਿਲ ਜਾਏਗੀ। ਬਿਲਕੁਲ ਠੀਕ ਹੈ, ਔਰ ਮੈਨੂੰ ਲੱਗਦਾ ਕਿ ਇਸ ਵਾਰੀ ਫਿਰ ਪਾਰਟੀ ਚਾਹੂਗੀ ਕਿ ਜਿਹੜੇ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਡਿਊਟੀ ਲਾਈ ਜਾਏ। ਮੈਂ ਹਾਈਕਮਾਂਡ ਦੀ ਗੱਲ ਕਰਦਾ ਵੀ ਜਲੰਧਰ ਦੀ ਜ਼ਿੰਮੇਵਾਰੀ ਸਮਝ ਚੱਕੋ, ਜੇ ਜਿੱਤਣ ਵਾਲੀ ਸਥਿਤੀ ਹੋਈ ਤਾਂ ਫਿਰ ਤਾਂ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਤੇ ਬਾਕੀ ਵੀ ਉੱਥੇ ਬਹਿਣਗੇ, ਦਿਨ ਥੋੜੇ ਹੀ ਨੇ। ਵੈਸੇ ਗਰਮੀ ਬੜੀ ਹੈ ਜੀ, ਗਰਮੀ ਦੇ ਵੀ ਚੱਕਰ ਨੇ, ਮੈਨੂੰ ਲੱਗਦਾ ਇੱਧਰ ਉੱਧਰ ਥੋੜੇ ਜਿਹੇ ਪਹਾੜ ਭੂੜ ਨੂੰ ਵੀ ਬੰਦੇ ਚੜ ਚੁੜ ਜਾਂਦੇ, ਵੱਡੇ ਲੀਡਰ ਜਿਹੜੇ ਕਦੇ ਕਦਾਈ। ਮੈਂ ਅੱਗੇ ਚੱਲਦਾ ਜੀ, ਦੂਜਾ ਦ੍ਰਿਸ਼ ਜਿਹੜਾ ਉਹ ਆਪਾਂ ਅਕਾਲੀ ਦਲ ਦਾ ਲੈਂਦੇ ਹਾਂ। ਅਸੀਂ ਆਉਣਾ ਹੈ, ਮੁੱਖ ਮੰਤਰੀ ਕਾਫੀ ਖਫਾ ਦੱਸੇ ਜਾਂਦੇ ਨੇ, ਮੁੱਖ ਮੰਤਰੀ ਦੇ ਮਨ ਤੇ ਅਸਰ ਬਹੁਤ ਆ, ਭਾਵੇਂ ਉਹਨਾਂ ਨੇ ਕਹਿਤਾ ਵੀ ਅਸੀਂ 1-3 ਤੇ ਆ ਗਏ, ਲੇਕਿਨ ਉਹ 13-3 ਤੇ ਆਉਣਾ ਭੁਲਾ ਨਹੀਂ ਪਾ ਰਹੇ, ਔਖੇ ਬੜੇ ਨੇ। ਔਰ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਸਾਡੀ ਮਸ਼ੀਨਰੀ ਨੇ ਸਾਡਾ ਸਾਥ ਨਹੀਂ ਦਿੱਤਾ, ਮੁੱਖ ਮੰਤਰੀ ਸਾਹਿਬ ਭੁੱਲ ਗਏ ਕਿ ਪਹਿਲਾਂ ਮਸ਼ੀਨਰੀ ਤੋਂ ਬਿਨਾਂ ਤੁਸੀਂ 92 ਲੈ ਕੇ ਆਇਓ, ਕਿਸੇ ਦੀਆਂ ਫੌੜੀਆਂ ਤੇ ਇਹ ਜਿੱਤਾਂ ਨਹੀਂ ਜਿੱਤੀਆਂ ਜਾਂਦੀਆਂ। ਪਰ ਮੈਂ ਚੱਲਦਾ ਪਹਿਲਾਂ ਅਕਾਲੀ ਦਲ ਤੇ। ਸਹਮੀਰ ਸਿੰਘ ਜੀ, ਅਕਾਲੀ ਦਲ ਪੰਜਾਬ ਦੇ ਵਿੱਚੋਂ ਕਦੇ ਮਾਈਨਸ ਨਹੀਂ ਹੁੰਦਾ, ਨਾ ਖਬਰ ਚੋਂ ਮਾਈਨਸ ਹੁੰਦਾ ਤੇ ਨਾ ਇਹ, ਜੇ ਇਹਦੇ ਵਰਕਰਸ ਇਹਦੇ ਲੀਡਰਸ ਦੇ ਨਜ਼ਰੀਏ ਤੋਂ ਦੇਖੋ ਤਾਂ ਇਹ ਹਾਜ਼ਰ ਹੈ, ਲੇਕਿਨ ਅਦਰਵਾਈਜ਼ ਉਹ ਸੀਨ ਵਿੱਚ, ਚੁਣਾਵੀ ਸੀਨ ਦੇ ਵਿੱਚ ਬਹੁਤ ਡਿਕਲਾਈਨ ਕਰ ਗਿਆ। ਤੇ ਆਪਾਂ ਹੁਣ ਇਹਨੂੰ ਜਦੋਂ ਕਰ ਰਹੇ ਹਾਂ, ਇਹਦੇ ਜਿਹੜੇ ਬੰਦੇ ਨੇ, ਜਿਹੜੇ ਬੰਦੇ ਭਾੜਾ ਮੰਨੀ ਜਾਂਦੇ ਸੀਗੇ, ਉਹ ਹੁਣ ਕੁਝ ਨਾ ਕੁਝ ਕਰਨ ਲਈ ਹੱਥ ਪੈਰ ਮਾਰ ਰਹੇ, ਔਰ ਇਹ ਕਈ ਧਰਾਤਲਾਂ ਤੇ ਹੋ ਰਿਹਾ, ਇੱਕ ਥਾਂ ਨਹੀਂ ਹੋ ਰਿਹਾ, ਕਈ ਪਾਸੇ ਹੋ ਰਿਹਾ। ਜੇਕਰ ਅਸੀਂ ਇਹ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਨੂੰ ਦੇਖੀਏ, ਜਿਹਦੇ ਵਿੱਚ ਮਨਪ੍ਰੀਤ ਅਯਾਲੀ ਸਭ ਤੋਂ ਮੁੱਢਲੇ ਰੂਪ 'ਚ ਆਉਂਦੇ ਨੇ, ਮਨਪ੍ਰੀਤ ਅਯਾਲੀ ਨੇ ਆਪਣੇ ਆਪ ਨੂੰ ਸਾਬਤ ਕੀਤਾ। ਮਤਲਬ ਕਈ ਵਾਰੀ ਕਹਿੰਦੇ ਨੇ ਪੋਲੀਟਿਕਸ ਕਮਾਈ ਹੀ ਜਾਂਦੀ ਆ, ਮਨਪ੍ਰੀਤ ਅਯਾਲੀ ਕੋਲ ਮੈਨੂੰ ਕੋਈ ਇਤਿਹਾਸਕ ਤੌਰ ਤੇ ਉਹਨਾਂ ਦੀ ਵਿਰਾਸਤ ਵਿੱਚੋਂ ਕੋਈ ਬਹੁਤਾ ਜ਼ਿਆਦਾ ਲੱਗਦਾ ਨਹੀਂ, ਪਰ ਮੈਂ ਸੁਖਬੀਰ ਸਿੰਘ ਬਾਦਲ ਦੀ ਕੋਠੀ ਜਿਹੜੀ ਦਿੱਲੀ ਦੇ ਵਿੱਚ ਸੀ ਉਹਨਾਂ ਦੀ, ਉੱਥੇ ਉਹਨਾਂ ਨੂੰ ਇੱਕ ਵਾਰੀ ਅਥਰੂਆਂ ਨਾਲ ਵੀ ਦੇਖਿਆ, ਜਦੋਂ ਉਹਨਾਂ ਨੂੰ ਯੂਥ ਅਕਾਲੀ ਦਲ ਦੇ ਵਿੱਚ ਅਹੁਦੇਦਾਰ ਨਹੀਂ ਸੀ ਬਣਾਇਆ ਗਿਆ, ਤੇ ਉਹਦੇ ਉੱਤੇ ਹੱਸ ਵੀ ਰਹੇ ਸੀ ਲੋਕ, ਮਨਪ੍ਰੀਤ ਅਯਾਲੀ ਇਹਨੂੰ ਇਸ ਗੱਲ ਨੂੰ ਅਡੋਸ ਕਰਨਗੇ। ਮਨਪ੍ਰੀਤ ਅਯਾਲੀ ਨੇ ਆਪਣੀ ਮੌਜੂਦਾ ਸਥਿਤੀ ਕਮਾਈ ਹੈ ਤੇ ਉਹਨੇ ਆਪਣਾ ਸਟੈਂਡ ਰੱਖਿਆ, ਹੁਣ ਉਹਦਾ ਲੁਧਿਆਣਾ ਵੀ ਉਹਦੇ ਕਰਕੇ ਸਰਗਰਮੀ 'ਚ ਹੈ ਤੇ ਸੈਂਟਰ 'ਚ ਹੈ। ਗੁਰਪ੍ਰਤਾਪ ਵਡਾਲਾ ਉਹਦੇ ਨਾਲ ਉਹ ਸੀਨੀਅਰ ਨੇ, ਵਿਰਾਸਤ ਪੱਖੋਂ ਵੀ ਵੱਡੇ ਨੇ, ਗੁਰਪ੍ਰਤਾਪ ਸਿੰਘ ਵਡਾਲਾ ਵੀ ਅਸੂਲੀ ਜਿਹੇ ਬੰਦੇ ਨੇ। ਇੱਕ ਢੀਂਡਸਾ ਦੇ ਨਾਲ ਚੱਲਣ ਵਾਲੀ ਜਿਹੜੇ, ਜਿਹਨਾਂ ਦੇ ਵਿੱਚ ਚੰਦੂਮਾਜਰਾ ਤੋਂ ਲੈ ਕੇ ਬਾਕੀ ਸਾਰੇ ਆ, ਰਵਾਇਤੀ ਲੀਡਰਸ਼ਿਪ, ਦੂਜੀ ਨੌਜਵਾਨ ਲੀਡਰਸ਼ਿਪ, ਨਵੀਂ ਲੀਡਰਸ਼ਿਪ, ਦੋ ਵੱਖ ਵੱਖ ਧਰਾਵਾਂ ਦੇ ਵਿੱਚ ਬਹਿ ਰਹੇ ਨੇ, ਹੈ ਇੱਕੋ ਜਾ ਕੇ ਉਹ ਮਿਲਦੇ ਨੇ ਇੱਕ ਜਗ੍ਹਾ ਤੇ, ਬਿੰਦੂ ਇੱਕ ਹੀ ਮਿਲਦਾ, ਲੇਕਿਨ ਧਰਾਵਾਂ ਦੋ ਨੇ। ਹੁਣ ਜਿਹੜੀ ਸਰਗਰਮੀ ਕਰ ਰਹੀ ਆ ਇਹ ਨਵੀਂ ਲੀਡਰਸ਼ਿਪ, ਔਰ ਜਿਸ ਤਰੀਕੇ ਨਾਲ ਢੀਂਡਸਾ ਦੇ ਨਾਲ ਚੱਲਣ ਵਾਲੇ ਸਰਗਰਮੀ ਕਰ ਰਹੇ ਨੇ, ਇਹਦੇ ਵਿੱਚ ਅਗਲੀ ਰਣਨੀਤੀ ਬਣਾਈ ਜਾ ਰਹੀ ਆ, ਕੀ ਕੋਈ ਨਵੀਂ ਮੀਟਿੰਗ ਜਿਹੜੀ ਉਹ ਬਹੁਤ ਜਲਦੀ ਹੋ ਸਕਦੀ ਹੈ? ਦੂਜੀ ਗੱਲ, ਕੀ ਅਕਾਲੀ ਦਲ ਦੇ ਸਮਾਨੰਤਰ ਕੋਈ ਲਾਈਨ ਖਿੱਚੀ ਜਾ ਸਕਦੀ ਹੈ? ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਸਮਾਨੰਤਰ ਲਾਈਨ ਖਿੱਚੀ ਜਾ ਸਕਦੀ ਹੈ? ਤੀਜੀ ਗੱਲ, ਕਿ ਕੀ ਇਹਦੇ ਵਿੱਚ ਰਵਾਇਤ ਵਾਂਗ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਪਹੁੰਚ ਕੀਤਾ ਜਾ ਸਕਦਾ? ਇਹਦੇ ਵਿੱਚ ਸਮੁੱਚੀਆਂ ਜਿੰਨੀਆਂ ਸਿੱਖ ਇੰਸਟੀਟਿਊਸ਼ਨਸ ਨੇ, ਸਿੱਖ ਸੰਪਰਦਾਵਾਂ ਨੇ, ਕੀ ਇਹਨਾਂ ਨੂੰ ਵੀ ਰਾਬਤਾ ਕੀਤਾ ਜਾ ਰਿਹਾ? ਸਮੁੱਚਤਾ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਆ ਔਰ ਲਗਾਤਾਰ ਹੋ ਰਹੀ ਆ, ਜੇ ਮੈਂ ਤੁਹਾਨੂੰ ਸਮਝ ਸਕਾਂ, ਇਹ ਪਰਦੇ ਦੇ ਥੱਲੇ ਜੋ ਕੁਛ ਹੋ ਰਿਹਾ ਇਹ ਇਹੋ ਜਿਹਾ ਜਿਹਨੇ ਉੱਭਰ ਆਉਣਾ ਹੈ, ਜੇ ਸੁਖਬੀਰ ਸਿੰਘ ਬਾਦਲ ਨੂੰ ਐਡਰੈਸ ਨਹੀਂ ਕਰਦੇ, ਕੀ ਕਹਿੰਦੇ ਹੋ? ਬਿਲਕੁਲ, ਉਹ ਕੰਟੀਨਿਊ ਹੈ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਜਿਹੜੇ ਕਲੋਜ਼ ਬੰਦੇ ਨੇ ਉਹੀ ਚੁੱਪ ਲੱਗਦੇ ਨੇ, ਬਾਕੀ ਜਗ੍ਹਾ ਤਾਂ
ਬਾਕੀ ਤਾਂ ਬੇਚੈਨੀ ਇਸ ਕੋਰ ਕਮੇਟੀ ਤੋਂ ਬਾਅਦ ਲਗਾਤਾਰ ਇੱਕ ਗਰੁੱਪ 'ਚ ਹੈ ਜਿਹਨਾਂ ਦੀਆਂ ਲਗਾਤਾਰ ਟੈਲੀਫੋਨਿਕ ਕਨਵਰਸੇਸ਼ਨ ਤਾਂ ਲਗਾਤਾਰ ਹੋ ਹੀ ਰਹੀ ਹੈ। ਈਵਨ ਪਰਸਨਲ ਵੀ ਕਈ ਲੀਡਰ ਜਿਹੜੇ ਨੇ ਉਹ ਬਾਰ ਬਾਰ ਬੰਦਿਆਂ ਨੂੰ ਇਕੱਲੇ ਇਕੱਲੇ ਨੂੰ ਜਿਵੇਂ ਚੇਨ 'ਚ ਮਿਲਦੇ ਹੁੰਦੇ ਨੇ, ਔਰ ਇਹ ਵੀ ਮਤਲਬ ਗੱਲ ਹੈ, ਸੋਰਸ ਜੇ ਕਹਿੰਦੇ ਨੇ ਕਿ ਇਹਦੇ 'ਚ ਗੁਰਪ੍ਰਤਾਪ ਸਿੰਘ ਵਡਾਲਾ ਉਹਨੀ ਵੱਡੀ ਭੂਮਿਕਾ ਨਿਭਾ ਰਹੇ ਨੇ, ਔਰ ਉਹ ਇੱਥੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਨਾਲ ਵੀ ਗੱਲ ਕਰਨੀ, ਈਵਨ ਪੁਰਾਣੇ ਕੋਈ ਲੀਡਰ ਜਿਹੜੇ ਬੈਠੇ ਹੋਏ ਨੇ ਕੁਛ, ਇੱਕ ਕਿਰਨਵੀਰ ਸਿੰਘ ਕੰਗ ਹੁੰਦੇ ਸੀ ਯੂਥ ਅਕਾਲੀ ਦਲ ਦੇ ਲੀਡਰ, ਸੁਖਬੀਰ ਔਰ ਬਾਦਲ ਪਰਿਵਾਰ ਦੇ ਨੇੜੇ, ਉਹਨਾਂ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਮਤਲਬ ਬਡਾਲਾ ਸਾਹਿਬ ਦੀ, ਔਰ ਇਆਲੀ ਉਹਨਾਂ ਨਾਲ ਤਾਂ ਹੋ ਹੀ ਰਹੀ ਹੈ, ਤੇ ਡਿਫਰੈਂਟ ਟਾਈਪ ਦੇ ਹੋਰ ਸਾਰੇ ਬੰਦਿਆਂ ਨਾਲ ਗੱਲਬਾਤ ਹੋਈ। ਇੱਥੇ ਚੰਡੀਗੜ੍ਹ ਦਾ ਗੇੜਾ ਵੀ ਉਹ ਮਾਰ ਕੇ ਗਏ, ਲੁਧਿਆਣੇ ਦਾ ਗੇੜਾ ਵੀ ਉਹਨਾਂ ਨੇ ਮਾਰਿਆ, ਬੜੇ ਮਾਮਲਿਆਂ ਦੇ ਵਿੱਚ ਇਹ ਚੀਜ਼ ਤਾਂ ਚੱਲ ਰਹੀ ਹੈ। ਔਰ ਨਾਲ ਦੀ ਨਾਲ ਜਿਹੜੇ ਉਹ ਇਹ ਦੇਖ ਕੇ ਚੱਲ ਰਹੇ ਨੇ ਕਿ ਕਿਵੇਂ ਕਦਮ, ਇੱਕ ਤਾਂ ਗੱਲ ਤਾਂ ਉਹਨਾਂ ਨੂੰ ਇਹ ਲੱਗ ਗਈ ਹੈ ਮੇਰਾ ਖਿਆਲ ਹੈ, ਇੱਕ ਤੇ ਸਹਿਮਤ ਹੁੰਦੇ ਲੱਗਦੇ ਨੇ ਸਾਰੇ ਬੰਦੇ ਕਿ ਹੁਣ ਜਿਸ ਤਰੀਕੇ ਦੇ ਨਾਲ ਪਹਿਲਾਂ ਵਾਲਾ ਚੱਲ ਰਿਹਾ ਸੀ ਉਵੇਂ ਤਾਂ ਚੱਲ ਨਹੀਂ ਸਕਦਾ, ਤੇ ਬਦਲਾਅ ਤਾਂ ਇਹ 'ਚ ਜ਼ਰੂਰੀ ਹੈ, ਔਰ ਬਦਲਾਅ ਜ਼ਰੂਰੀ ਦੀਆਂ ਡਿਸਕਸ਼ਨਾਂ ਹੋ ਰਹੀਆਂ ਨੇ ਵੱਖ ਵੱਖ। ਜਿਵੇਂ ਪਹਿਲਾਂ ਆਪਾਂ ਇੱਕ ਗੱਲ ਕੀਤੀ ਸੀ ਕਿ ਇਹਨਾਂ ਨੇ ਕੋਰ ਕਮੇਟੀ ਤੋਂ ਪਹਿਲਾਂ ਵੀ ਪ੍ਰੈਸ ਬਿਆਨ ਦੇਣ ਦਾ ਵੀ ਸੋਚਿਆ, ਨਾ ਜਾਣ ਦਾ ਪਹਿਲਾਂ ਸੋਚਿਆ, ਇਹ ਸਾਰਾ ਗਰੁੱਪ ਆਪਣੀ ਲਾਈਨ ਕਲੀਅਰ ਕਰਨਾ ਚਾਹੁੰਦਾ। ਇਹਦਾ ਮਤਲਬ ਲਾਈਨ ਦੇ ਵਿੱਚ ਤਾਂ ਫਿਰ ਕਈ ਕੁਝ ਹੋਏਗਾ ਨਾ, ਲਾਈਨ ਦੇ ਵਿੱਚ ਕੀ ਹੋਏਗਾ, ਉਹਦੇ 'ਚ ਤੁਹਾਡਾ ਏਜੰਡਾ, ਤੁਸੀਂ ਫੋਕਸ ਪੰਥ ਨੂੰ ਰੱਖਣਾ ਹੈ, ਪੰਜਾਬ ਉਹਦੇ ਨਾਲ ਅਲਾਈ ਹੋਏਗਾ, ਸਾਰਾ ਕੁਝ ਉਹ ਇੱਕ ਅਲੱਗ ਹੈ, ਤੁਸੀਂ ਬੀਜੇਪੀ ਨਾਲੋਂ ਟੋਟਲ ਅਲੱਗ ਟਾਈਪ ਦਾ ਮਾਹੌਲ, ਇੱਕ ਲਾਈਨ ਕੱਢ ਕੇ ਚੱਲਣਾ ਹੈ, ਜਾਂ ਅਜੇ ਵੀ ਹਵਨ ਵਿੰਗ ਦੇ ਵਿੱਚ ਰਹੂਗੀ, ਕੀ ਹੋਏਗਾ, ਇਹ ਜਿਹੜਾ ਏਜੰਡਾ ਹੈ ਪੰਜਾਬ ਦੇ ਪ੍ਰਤੀ ਉਹ ਵੀ ਕਲੀਅਰ ਕਰਨਾ ਪਏਗਾ। ਫਿਰ ਜਥੇਬੰਦੀ ਦਾ ਮਾਮਲਾ ਹੈ, ਜਥੇਬੰਦੀ ਕਿਸ ਢੰਗ ਦੀ ਬਣਾਉਣੀ ਹੈ, ਕੀ ਉਹ ਨੋਮੀਨੇਟਡ ਚੀਜ਼ਾਂ ਹੋਣਗੀਆਂ ਜਾਂ ਇਲੈਕਟੋਰਲ ਇਲੈਕਸ਼ਨ ਦੀਆਂ, ਅੰਦਰੂਨੀ ਜਮਹੂਰੀਅਤ ਦੇ ਸਵਾਲ ਨੇ, ਕਿਵੇਂ ਨਾਮਜ਼ਦਗੀਆਂ ਦੀ ਬਜਾਏ ਇਲੈਕਟਡ ਬੰਦੇ ਹੋਣਗੇ, ਚੁਣੇ ਗਏ ਹੋਣਗੇ, ਇਹ ਕਿਵੇਂ ਕਰਨ, ਉਹ ਸਾਰੀਆਂ ਚਰਚਾਵਾਂ ਜਿਹੜੀਆਂ ਨੇ ਉਹ ਇਹਨਾਂ ਦੇ ਵਿੱਚ ਹੋ ਰਹੀਆਂ ਨੇ। ਚਰਚਾਵਾਂ ਇਹ ਵੀ ਹੁੰਦੀਆਂ ਨੇ ਕਿ ਸਿੱਖੀ ਨਾਲ ਸੰਬੰਧਿਤ ਡਿਫਰੈਂਟ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਅਲੱਗ ਅਲੱਗ ਲੋਕਾਂ ਨਾਲ ਵੀ ਕਿਤੇ ਨਾ ਕਿਤੇ ਰਾਬਤਾ ਕਾਇਮ ਕੀਤਾ ਜਾਏ ਕਿ ਆਹ ਚੀਜ਼ ਆਪਾਂ ਅਸੀਂ ਸੋਚਦੇ ਹਾਂ ਤੇ ਤੁਹਾਡਾ ਰਾਏ ਕੀ ਹੈ, ਖਾਸ ਤੌਰ ਤੇ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੋਏਗੀ। ਇਹ ਵੀ ਇੱਕ ਗੱਲ ਚੱਲਦੀ ਹੈ ਕਿ ਇਹ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਜਥੇਦਾਰ ਅਕਾਲ ਤਖ਼ਤ ਨੂੰ ਵੀ ਅਪਰੋਚ ਕੀਤਾ ਜਾਏ ਕਿ ਉੱਥੇ ਜਾ ਕੇ ਸਾਰੇ ਇਕੱਠੇ ਇੱਕ ਹੋ ਕੇ ਗੱਲ ਕਰ ਲੈਣ ਕਿ ਦੱਸੋ ਜੀ ਕੌਮ ਤੇ ਸੰਕਟ ਹੈ, ਕੋਈ ਮੀਡੀਏਟਰ ਬਣ ਕੇ ਕੋਈ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਣ। ਇਹੋ ਜਿਹੀਆਂ ਚੀਜ਼ਾਂ ਵੀ ਹੋ ਰਹੀਆਂ ਨੇ ਜਿਹੜੀਆਂ ਇਦੋਂ ਪਹਿਲਾਂ ਵੀ ਚਰਚਾ 'ਚ ਈਵਨ ਆਈਆਂ ਨੇ ਕਿ ਕੋਈ ਪੰਚ ਪ੍ਰਧਾਨੀ ਟਾਈਪ ਕੋਈ ਕਮੇਟੀ ਬਣਾ ਦਿੱਤੀ ਜਾਵੇ। ਪੰਚ ਪ੍ਰਧਾਨੀ ਦਾ ਮਤਲਬ ਪੰਜ ਮੈਂਬਰੀ ਜ਼ਰੂਰੀ ਨਹੀਂ, ਉਹ 11 ਹੋ ਸਕਦੀ ਹੈ, ਜਿੰਨੇ ਮਰਜ਼ੀ ਹੋ ਸਕਦੀ ਹੈ। ਹਿਸਟੋਰੀਕਲੀ ਅਕਾਲੀ ਦਲ ਜਿਵੇਂ ਨਿਬੇੜਦਾ ਰਿਹਾ, ਚਾਹੇ ਉਹ ਸੰਤ ਫਤਿਹ ਸਿੰਘ ਲਿਆਂਦੇ, ਚਾਹੇ ਸੰਤ ਲੌਂਗੋਵਾਲ ਲਿਆਂਦੇ, ਕੋਈ ਇਹੋ ਜਿਹਾ ਸੰਤ ਸਰੂਪ ਬੰਦਾ ਲਾਇਆ ਉਹ ਜਿਹਦੀ ਆਪਦੀ ਇੰਟਰਸਟ ਨਾ ਹੋਵੇ ਬਹੁਤ ਜ਼ਿਆਦਾ ਪੋਲਿਟਿਕਸ 'ਚ ਜਾਂ ਪਾਵਰ ਸੱਤਾ ਲੈਣ 'ਚ, ਉਹਨੂੰ ਉਹਦਾ ਕਮੇਟੀ ਦਾ ਮੁਖੀ ਬਣਾ ਕੇ ਫਾਰ ਦੀ ਟਾਈਮਿੰਗ ਅਕਾਲੀ ਦਲ ਦਾ ਇੱਕ ਸੈਟਅਪ ਬਣਾਇਆ ਜਾਏ ਤੇ ਉਹਦੀ ਮੈਂਬਰਸ਼ਿਪ, ਉਹਦਾ ਬਾਕੀ ਦੀਆਂ ਚੋਣ, ਤਾਂ ਕਿ ਇਹ ਇੱਕ ਟਾਈਮ ਬਾਉਂਡ ਰੂਪ ਦੇ ਵਿੱਚ ਅੱਗੇ ਚੱਲਿਆ ਜਾਏ ਉਸ ਰੂਪ ਦੇ ਵਿੱਚ। ਬਹੁਤ ਸਾਰੀਆਂ ਚਰਚਾਵਾਂ ਨੇ ਜਿਹੜੀਆਂ ਮੀਟਿੰਗਾਂ ਦੇ ਵਿੱਚ ਹੋ ਰਹੀਆਂ ਨੇ, ਇਹਨਾਂ ਨੂੰ ਸੂਤਰਬੱਧ ਕਰਨ ਦੇ ਲਈ, ਇਹਨਾਂ ਨੂੰ ਇੱਕ ਰੂਪ ਦੇਣ ਦੇ ਲਈ ਸ਼ਾਇਦ ਕੁਝ ਹੀ ਦਿਨਾਂ ਦੇ ਵਿੱਚ ਕੋਈ ਅਗਲੀ ਮੀਟਿੰਗ ਵੀ ਇਸ ਸਾਰੇ ਗਰੁੱਪ ਦੀ ਹੋ ਸਕਦੀ ਹੈ। ਔਰ ਕਿੰਨੇ ਹੀ ਬੰਦੇ ਨੇ, ਸੁਰਜੀਤ ਸਿੰਘ ਰੱਖੜਾ ਜਿਹੜੇ ਗੱਲਬਾਤ ਦੇ ਵਿੱਚ ਸ਼ਾਮਲ ਹੁੰਦੇ ਨੇ ਕਿਹਾ ਜਾ ਰਿਹਾ, ਪ੍ਰੇਮ ਸਿੰਘ ਚੰਦੂਮਾਜਰਾ ਓਪਨਲੀ ਕਹੀ ਰਹੇ ਨੇ, ਬੀਬੀ ਜਗੀਰ ਕੌਰ ਵੀ ਉਸ ਮਾਮਲੇ 'ਚ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਉਸ ਮਾਮਲੇ ਦੇ ਵਿੱਚ ਆਉਂਦੇ ਨੇ, ਸਿਕੰਦਰ ਸਿੰਘ ਮਲੂਕਾ, ਢੀਂਡਸਾ ਸਾਹਿਬ ਹੋਣੀ ਤਾਂ ਹੈਗੇ ਹੀ ਨੇ, ਔਰ ਇਆਲੀ ਹੋਣੀ ਹੈਗੇ ਹੀ ਨੇ, ਗੁਰਪ੍ਰਤਾਪ ਬਡਾਲਾ ਹੋਣੀ ਹੈਗੇ ਹੀ ਨੇ, ਔਰ ਬੀਬੀ ਜਗੀਰ ਕੌਰ ਹੈਗੀ ਹੈ, ਤਾਂ ਇਹਦਾ ਮਤਲਬ ਨਾਲ ਇੱਕ
ਉਹ ਬੀਬੀਆਂ ਦਾ ਵਿੰਗ ਜਿਹੜਾ ਇੱਕ ਅਲੱਗ ਹੋਇਆ ਸੀ ਨਾਰਾਜ਼ ਹੋ ਕੇ ਵੀ ਸਾਡੀ ਗੱਲ ਨਹੀਂ ਸੁਣੀ ਗਈ, ਉਹਨਾਂ ਦਾ ਗਰੁੱਪ ਵੀ ਉਸ ਪੱਧਰ ਦੇ ਉੱਤੇ ਹੁੰਦਾ ਹੀ ਹੈ ਸ਼ਾਮਲ, ਤੇ ਕਾਫੀ ਲੋਕ ਨੇ ਮਤਲਬ ਜਿਹੜੇ ਇਸ ਪੱਧਰ ਦੇ ਉੱਤੇ ਲੱਗੇ ਨੇ, ਤਾਂ ਇਹ ਅਕਾਲੀ ਦਲ ਦੀ ਕਾਫੀ ਵੱਡੀ ਲੀਡਰਸ਼ਿਪ ਹੈ ਇਹ ਜਿਹੜੀ ਜਿਹੜੀ ਇਹ ਸੋਚ ਕੇ ਉਸ ਪਾਸੇ ਵੱਲ ਨੂੰ ਗੱਲ ਕਰ ਰਹੀ ਹੈ ਫਿਲਹਾਲ ਇਸ ਸਾਰੇ ਮਾਮਲੇ ਦੇ ਵਿੱਚ। ਔਰ ਆਉਣ ਵਾਲੇ ਦਿਨਾਂ 'ਚ ਕੀ ਕੁੱਝ ਨਿਕਲਦਾ ਇਹ ਸਾਹਮਣੇ ਆਏਗਾ, ਔਰ ਜਲਦੀ ਕੋਈ ਮੀਟਿੰਗ ਹੋਣ ਦੀਆਂ ਸੰਭਾਵਨਾਵਾਂ ਦੱਸੀਆਂ ਜਾ ਰਹੀਆਂ ਨੇ, ਗੱਲ ਚੱਲ ਰਹੀ ਹੈ ਕੋਈ ਮੀਟਿੰਗ ਕਰ ਲਈਏ। ਔਰ ਢੀਂਡਸਾ ਸਾਹਿਬ ਨੇ ਵੀ ਕੁੱਝ ਆਗੂਆਂ ਨੂੰ ਟੈਲੀਫੋਨਿਕਲੀ ਇਹ ਦੱਸਿਆ ਕਿ ਆਪਾਂ ਕੋਈ ਮੀਟਿੰਗ ਕਰ ਲੈਂਦੇ ਹਾਂ, ਤੇ ਹੋਰ ਕਈ ਲੀਡਰਾਂ ਨੇ ਵੀ ਦੱਸਿਆ ਵੀ ਆਪਾਂ ਕੋਈ ਮੀਟਿੰਗ ਕਰ ਲੈਂਦੇ ਹਾਂ, ਬਸ ਕਹਿੰਦੇ ਡੇਟ ਰੱਖਣ ਦਾ ਹੀ ਕੁਐਸਚਨ ਹੈ, ਹੋਰ ਕੋਈ ਬਹੁਤ ਜ਼ਿਆਦਾ ਨਹੀਂ ਹੈ। ਡੇਟ ਹੋਏਗੀ ਤਾਂ ਉਹਦੇ 'ਚ ਸ਼ਾਇਦ ਕੋਈ ਠੋਸ ਰੂਪ ਦੇ ਵਿੱਚ ਵੀ ਇਹ ਫੈਸਲਾ ਕਰਕੇ ਅੱਗੇ ਆਉਣ, ਉਹ ਪ੍ਰੈਸ ਨੋਟ ਦੇ ਰੂਪ 'ਚ ਵੀ ਆ ਸਕਦੇ ਨੇ ਪਹਿਲਾਂ ਆਪਣੀ ਲਾਈਨ ਕਲੀਅਰ ਕਰਨ ਦੇ ਲਈ ਕਿ ਅੱਗੇ ਨੂੰ ਅਸੀਂ ਆਹ ਕਰਨ ਜਾ ਰਹੇ ਹਾਂ ਜਾਂ ਪਾਰਟੀ ਐਵੇਂ ਕਰੇ, ਪ੍ਰੈਸ ਕਾਨਫਰੰਸ ਦਾ ਰੂਪ ਵੀ ਹੋ ਸਕਦਾ ਜੇਕਰ ਕੰਸੋਲੀਡੇਟਰ ਦੇ ਇਕੱਠੇ ਹੋ ਕੇ ਬੈਠਣ ਦੀ ਕੋਈ ਗੱਲ ਕੀਤੀ ਜਾਏ, ਜਾਂ ਉਹਨਾਂ ਸਾਰੀਆਂ ਤੋਂ ਪਹਿਲਾਂ ਕੋਈ ਮੀਟਿੰਗਾਂ ਹੋਰ ਛੋਟੀਆਂ ਛੋਟੀਆਂ ਬਾਕੀ ਵਰਗਾਂ ਨਾਲ ਕਰਕੇ ਉਦੋਂ ਬਾਅਦ ਇਹ ਕੁਝ ਹੋਵੇ। ਇਹ ਬਹੁਤ ਸਾਰੀਆਂ ਆਪਸ਼ਨਾਂ ਜਿਹੜੀਆਂ ਡਿਸਕਸ ਹੋ ਰਹੀਆਂ ਨੇ ਅਕਾਲੀ ਦਲ ਦੇ ਅੰਦਰ। ਬੜੇ ਫੂਕ ਫੂਕ ਕੇ ਕਦਮ ਰੱਖੇ ਜਾ ਰਹੇ ਨੇ, ਕੋਈ ਪੁਰਾਣੀ ਗਲਤੀ ਦੁਹਰਾਈ ਨਾ ਜਾਵੇ, ਜਿੰਨੇ ਤਜਰਬੇ ਪਿੱਛੇ ਫੇਲ ਹੋਏ ਨੇ ਉਹਨਾਂ ਵਰਗਾ ਕੋਈ ਨਾ ਇਹ ਵੀ ਨਤੀਜਾ ਨਿਕਲੇ। ਇਸ ਕਰਕੇ ਸਾਰੇ ਦੇ ਸਾਰੇ ਲੀਡਰ ਬੜਾ ਹੀ ਸੋਚ ਸਮਝ ਕੇ ਚੱਲਣ ਦਾ ਯਤਨ ਕਰ ਰਹੇ ਨੇ ਕਿ ਇਹਦੇ ਵਿੱਚ ਇੱਕ ਇੱਕ ਬੰਦਾ ਟੁਣਕਾ ਕੇ ਦੇਖ ਲਿਆ ਜਾਵੇ, ਕਿਉਂਕਿ ਜਦੋਂ ਫਿਰ ਸਿਆਸੀ ਲੜਾਈ ਲੜੀ ਜਾਂਦੀ ਹੈ ਤਾਂ ਹਰ ਧੜਾ ਆਪਣਾ ਬੈਸਟ ਕਰਨ ਦਾ ਯਤਨ ਕਰਦਾ ਹੈ, ਬੰਦੇ ਤੋੜੇ ਜਾਂਦੇ ਨੇ, ਬੰਦੇ ਇਨਫਲੂਐਂਸ ਕੀਤੇ ਜਾਂਦੇ ਨੇ, ਬੰਦੇ ਕੀ ਹੁਣ ਆਪਣੇ ਕੈਰੀਅਰ ਬਚਾਉਣ ਲਈ, ਪਾਰਟੀ ਬਚਾਉਣ ਲਈ, ਆਪਣੇ ਆਪ ਨੂੰ ਸਿਆਸਤ ਵਿੱਚ ਰੈਲੇਵੈਂਟ ਰੱਖਣ ਲਈ ਲੜਨਗੇ ਜਾਂ ਫਿਰ ਉਹ ਧੜਿਆਂ 'ਚ ਲੜਨਗੇ, ਇਹ ਵੀ ਵੱਡਾ ਸਵਾਲ। ਇਸ ਵਾਰੀ ਸ਼ਾਇਦ ਲੜਾਈ ਇਸ ਜਗ੍ਹਾ ਤੇ ਪਹੁੰਚ ਗਈ ਹੈ ਵੀ ਜਾਂ ਫਿਰ ਕਰੋ ਤੇ ਜਾਂ ਫਿਰ ਮਰੋ, ਤੇ ਮਰੋ ਦੀ ਸਥਿਤੀ 'ਚ ਤਾਂ ਪਹੁੰਚ ਹੀ ਗਏ ਹਾਂ ਤੇ ਕਰਨ ਵਾਲਾ ਕੁਛ ਬਚਿਆ। ਤੇ ਤੁਹਾਡੀ ਗੱਲ ਠੀਕ ਹੈ ਕਿ ਕੋਈ ਸਟੇਟਮੈਂਟ ਦੇ ਰੂਪ ਵਿੱਚ ਵੀ ਇਹ ਪਹਿਲੀ ਵਾਰੀ ਪੇਸ਼ ਹੋ ਸਕਦੇ ਆ ਜਾਂ ਫਿਰ ਇਹ ਇੱਕ ਏਜੰਡਾ ਲੈ ਕੇ ਵੀ ਆ ਸਕਦੇ ਆ, ਤੇ ਵੱਡੀ ਗੱਲ ਨਹੀਂ ਕਿ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੀਆਂ ਸੰਪਰਦਾਵਾਂ ਨੇ, ਉਹਨਾਂ ਨਾਲ ਵੀ ਇੱਕ ਵਾਰੀ ਰਾਬਤਾ ਕਰਨ ਦੇ ਆਰ 'ਚ ਹੋਣ। ਪਰ ਸੁਖਬੀਰ ਸਿੰਘ ਬਾਦਲ ਕੀ ਚੁੱਪ ਕਰਕੇ ਬੈਠੇ ਹੋਣਗੇ? ਕੀ ਉਹਨਾਂ ਦਾ ਧੜਾ ਇਹ ਸਭ ਕੁਝ ਚੁੱਪ ਚੁਪੀਤੇ ਵੇਖਦਾ ਰਿਹਾ ਹੋਊਗਾ ਜਾਂ ਵੇਖ ਰਿਹਾ ਹੋਊਗਾ? ਮੈਂ ਅਗਲੀ ਗੱਲ ਜਿਹੜੀ ਉਹਦੇ ਉੱਤੇ ਜਾਣਾ ਚਾਹੂੰਗਾ। ਮੁੱਖ ਮੰਤਰੀ ਸਾਹਿਬ ਕੱਲ ਸਾਰੇ ਪੰਜਾਬ ਦੇ ਡੀਸੀਸ ਦੇ ਨਾਲ ਬੈਠੇ ਹੋਏ ਸੀ, ਔਰ ਅਨੁਰਾਗ ਵਰਮਾ ਪੰਜਾਬ ਦੇ ਚੀਫ ਸੈਕਟਰੀ ਉਹਨਾਂ ਦੇ ਨਾਲ ਸੀਗੇ। ਸੋ ਸਵਾਲ ਇਸ ਗੱਲ ਤੇ ਖੜਾ ਸੀ ਕਿ ਮੁੱਖ ਮੰਤਰੀ ਇਹਨਾਂ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਨਾਰਾਜ਼ਗੀ ਨੂੰ ਅਫਸਰਾਂ ਦੇ ਰਾਹੀਂ ਐਡਰੈਸ ਕਰਨ ਦਾ ਯਤਨ ਕਰ ਰਹੇ ਸੀ ਕਿ ਸਰਕਾਰ ਨਾਲ ਲੋਕ ਨਾਰਾਜ਼ ਕਿਉਂ ਨੇ, ਜ਼ਿੰਮੇਵਾਰੀਆਂ ਫਿਕਸ ਹੋਣ, ਜੇ ਕਿਸੇ ਦਾ ਕੰਮ ਨਾ ਹੋਇਆ ਤੁਹਾਡੀ ਜ਼ਿੰਮੇਵਾਰੀ ਹੋਊਗੀ। ਹੁਣ ਇਹ ਤਾਂ ਇੱਕ ਸਿਸਟਮ ਹੈ ਜਿਹੜਾ ਪ੍ਰਸ਼ਾਸਨ ਦਾ ਹੈ। ਸਵਾਲ ਸਰਦਾਰ ਹਮੀਰ ਸਿੰਘ ਜੀ ਇਹ ਹੈ ਕਿ ਇਹ ਸਰਕਾਰ ਬਣਦਿਆਂ ਮੁੱਖ ਮੰਤਰੀ ਨੇ ਸਮਾਨਾਂਤਰ CMO ਨੂੰ ਜ਼ਿਲ੍ਹਿਆਂ ਤੱਕ ਲੈ ਕੇ ਜਾਣ ਦਾ ਫੈਸਲਾ ਕੀਤਾ ਸੀ, ਜਿਹੜਾ ਕੱਲ ਫਿਰ ਇੱਕ ਵਾਰੀ ਉਹਨੂੰ ਰਿਵਾਈਵ ਕਰਨ ਦਾ ਯਤਨ ਹੋਇਆ। ਮੈਂ ਤਾਂ ਜਾਣਦਾ ਨਹੀਂ ਕਿ ਕਿਸੇ ਜ਼ਿਲ੍ਹੇ ਦੇ ਵਿੱਚ ਕੋਈ ਐਸਾ ਅਫਸਰ ਲੱਗਿਆ ਹੋਵੇ ਤੇ ਉਹਦਾ ਕੰਮ DC ਨਾਲੋਂ ਵੀ ਬਿਹਤਰ ਹੋਇਆ ਹੋਵੇ ਤੇ ਮੁੱਖ ਮੰਤਰੀ ਦੇ ਦਫ਼ਤਰ ਦੀ ਦਖਲਅੰਦਾਜ਼ੀ ਨਾਲ ਕੰਮ ਹੋ ਰਹੇ ਹੋਣ, ਮੈਂ ਦੇਖਿਆ ਨਹੀਂ। ਜਿਹੜਾ ਪੋਲੀਟੀਕਲ ਸੈਟਅਪ ਹੁੰਦਾ ਹੈ, ਪੋਲੀਟੀਕਲ ਸੈਟਅਪ ਨੂੰ ਜਿਹੜਾ ਹੈਗਾ MLAs ਦੇ ਰੂਪ ਦੇ ਵਿੱਚ, ਆਪਣੇ ਵਰਕਰਸ ਦੇ ਰੂਪ ਚ, ਪਾਰਟੀ ਸੰਗਠਨ ਦੇ ਰੂਪ ਵਿੱਚ ਉਹਨੂੰ ਬਿਲਕੁਲ ਪਾਸੇ ਰੱਖ ਕੇ ਨਰੋਲ ਇੱਕ ਵਿਅਕਤੀ ਦੇ ਆਧਾਰ ਤੇ ਸਰਕਾਰ ਚਲਾ ਲਓ ਤੇ ਨਤੀਜੇ ਲੈ ਆਓ, ਕੀ ਇਹ ਸੰਭਵ ਹੁੰਦਾ? ਕੀ ਮੁੱਖ ਮੰਤਰੀ ਜਿਹੜੀ ਕਵਾਇਦ ਕਰ ਰਹੇ ਨੇ ਇਹਦੇ ਵਿੱਚੋਂ ਤੁਹਾਨੂੰ ਲੱਗਦਾ ਕਿ ਸਫਲਤਾ ਵੱਟ ਤੇ ਪਈ ਆ? ਉਹ ਸਿਰਫ ਤੇ ਸਿਰਫ ਅਫਸਰਾਂ ਦੇ ਸਿਰ ਦੇ ਉੱਤੇ ਸਿਆਸੀ ਲੜਾਈਆਂ ਜਿੱਤ ਜਾਣਗੇ ਜੀ, ਕੀ ਕਹਿੰਦੇ ਹੋ? ਵੈਸੇ ਸਰਕਾਰ ਚਲਾਉਣੀ ਤੇ ਇਲੈਕਸ਼ਨਾਂ ਜਿੱਤਣੀਆਂ ਇਹ ਪੂਰਕ ਨੇ ਇੱਕ ਦੂਜੇ ਦੇ,
ਕਈ ਵਾਰੀ ਤਾਂ ਸਰਕਾਰਾਂ ਹੀ ਇਲੈਕਸ਼ਨਾਂ ਲਈ ਆਉਂਦੀਆਂ ਨੇ ਖਿੱਚ ਕੇ, ਪਰ ਕਈ ਵਾਰੀ ਤੁਹਾਡੀ ਸੰਗਠਨ ਜਿਹੜੇ ਨੇ ਉਹ ਜ਼ਿਆਦਾ ਅਹਿਮ ਹੋ ਜਾਂਦੇ ਆ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਮੁੱਖ ਮੰਤਰੀ ਕੀ ਸਫਲ ਹੋਣਗੇ। ਸਾਹਮਣੇ ਜਲੰਧਰ ਖੜਾ, ਜਿੱਥੇ ਇਹਨਾਂ ਨੂੰ ਘੱਟੋ ਘੱਟ ਮੇਰੇ ਹਿਸਾਬ ਨਾਲ 35,000 ਵੋਟ ਹੋਰ ਲੈਣੀ ਪਊਗੀ ਜਿੱਤਣ ਲਈ। ਪਹਿਲਾ ਸਵਾਲ ਤਾਂ ਇਹ ਹੈ ਕਿ ਜਿਹੜਾ ਮਤਲਬ ਇੱਕ ਦੋ ਅਲੱਗ ਅਲੱਗ ਧਾਰਾਵਾਂ ਨੂੰ ਵੱਖ ਵੱਖ ਸਮੇਂ ਚੀਫ ਮਿਨਿਸਟਰ ਜਿਹੜੇ ਨੇ ਭਗਵੰਤ ਮਾਨ ਗੱਲ ਕਰਦੇ ਨੇ, ਜਦੋਂ ਉਹਨਾਂ ਨੇ ਓਥ ਲਈ ਸਭ ਤੋਂ ਪਹਿਲੀ ਗੱਲ ਕੀਤੀ ਕਿ ਸਰਕਾਰ ਪਿੰਡਾਂ ਚੋਂ ਤੇ ਸ਼ਹਿਰੀ ਵਾਰਡਾਂ ਚੋਂ ਚੱਲੂਗੀ, ਇਹ ਲੋਕਾਂ ਦੀ ਰਾਏ ਨਾਲ ਚੱਲੂਗੀ, ਲੋਕ ਜਿਵੇਂ ਕਹਿਣਗੇ ਤੇ ਸਰਕਾਰ ਉੱਥੇ ਚੱਲੇਗੀ। ਦੂਜੇ ਪਾਸੇ ਬਿਲਕੁਲ ਉਲਟ ਕਾਰਗੁਜ਼ਾਰੀ ਹੈ ਉਦੋਂ। ਉਲਟ ਕਾਰਗੁਜ਼ਾਰੀ ਦਾ ਮਤਲਬ ਇਹ ਹੈ ਕਿ ਚੀਫ ਮਿਨਿਸਟਰ ਤੋਂ ਬਿਨਾਂ ਕੋਈ ਮੰਤਰੀ, ਕੋਈ MLA ਕਿਸੇ ਦੀ ਕੋਈ ਬੁੱਕਤ ਨਹੀਂ ਹੋਏਗੀ ਕਿਸੇ ਵੀ ਲੈਵਲ ਤੇ, ਜਾਂ ਜੇ ਹੋਏਗੀ ਤਾਂ ਉਹ ਜ਼ਿਆਦਾ ਹੀ, ਉਹ ਵੀ ਆਪਣੇ ਆਪ ਚੋਂ ਕਿਤੇ ਅੱਗੇ ਲੰਘ ਜਾਣਗੇ ਤੇ ਫਿਰ ਹਬਨਬਿੰਗ ਹੋਏਗੀ, ਫਿਰ ਕਦੇ ਰੋਕ ਲਿਆ ਕਦੇ ਕਰ ਲਿਆ, ਕੋਈ ਗੱਲ ਨਹੀਂ ਬਣੀ। ਇਸੇ ਦੇ ਵਿੱਚੋਂ ਨਿਕਲਿਆ ਸੀ ਕਿ ਜ਼ਿਲ੍ਹਾ ਲੈਵਲ ਤੇ ਵੀ ਚੀਫ ਮਿਨਿਸਟਰ ਦੇ ਦਫ਼ਤਰ ਹੋਣਗੇ, ਡਾਇਰੈਕਟ CMO ਨਾਲ ਜੋ ਰਿਲੇਟਡ ਹੋਣਗੇ। ਇਹਦਾ ਮਤਲਬ ਕੀ ਹੈ, ਇਹ ਤੁਸੀਂ ਇੱਕ ਪੈਰਲਲ ਸੈਟਅਪ ਕਰਤਾ, ਇਹ ਉਹ ਜਿਹੇ ਸੈਟਅਪ ਸੋਚਿਆ, ਅਜੇ ਅਮਲ 'ਚ ਨਹੀਂ ਆਇਆ ਮੇਰੇ ਖਿਆਲ ਹੈ, ਮੈਂ ਨਹੀਂ ਦੇਖਿਆ ਕਿ ਬਹੁਤ ਜ਼ਿਆਦਾ ਅਮਲ 'ਚ ਆਇਆ। ਹਾਂ, ਦਫ਼ਤਰ ਬਣੇ ਸੀ ਜ਼ਰੂਰ, ਸੰਗਰੂਰ 'ਚ ਖਾਸ ਤੌਰ 'ਤੇ ਦਫ਼ਤਰ ਬਣਿਆ ਸੀ, ਅਤੇ ਉੱਥੇ ਸ਼ਾਇਦ ਇੱਕ PCS ਅਧਿਕਾਰੀ ਦੀ ਡਿਊਟੀ ਵੀ ਲਾਈ ਸੀ ਵੱਖ ਵੱਖ ਮਾਮਲਿਆਂ ਦੇ ਵਿੱਚ। ਹੁਣ ਜਦੋਂ ਤੁਸੀਂ ਚੀਫ ਮਿਨਿਸਟਰ ਦਾ ਦਫ਼ਤਰ ਰਨ ਕਰਨ ਵਾਲਾ ਚਾਹੇ ਚਪੜਾਸੀ ਹੋਵੇ, ਲੋਕ ਉਹਨੂੰ ਮਾਨਤਾ ਜ਼ਿਆਦਾ ਦੇਣਗੇ ਜਾਂ ਡਿਪਟੀ ਕਮਿਸ਼ਨਰ ਨੂੰ ਜ਼ਿਆਦਾ ਦੇਣਗੇ ਮਾਨਤਾ? ਜੇ ਤੁਸੀਂ ਉੱਪਰੋਂ ਇਹ ਕਹਿ ਰਹੇ ਹੋ ਕਿ ਆਲ ਇਨ ਆਲ ਤਾਂ ਮੈਂ ਆ, ਜ਼ਿਲ੍ਹਿਆਂ 'ਚ ਵੀ ਐਡਮਿਨਿਸਟ੍ਰੇਸ਼ਨ ਤਾਂ ਤੁਸੀਂ ਖਤਮ ਕਰਤੀ ਉਸੇ ਦਿਨ, ਕਿ ਇੱਕ ਪਾਸੇ ਚੀਫ ਸੈਕਟਰੀ ਹੈ, ਚੀਫ ਸੈਕਟਰੀ ਤੋਂ ਅੱਗੇ ਡਿਪਟੀ ਕਮਿਸ਼ਨਰ ਨੇ, ਸੈਕਟਰੀ ਨੇ, ਡਿਪਟੀ ਕਮਿਸ਼ਨਰ ਨੇ, SDM ਨੇ, ਹੇਠਾਂ ਤੱਕ ਹੈ, ਉੱਥੇ ਜਵਾਬਦੇਹੀ ਹੁੰਦੀ ਆ ਪ੍ਰਸ਼ਾਸਨਿਕ ਤੰਤਰ ਦੇ ਵਿੱਚ, ਤੇ ਪ੍ਰਸ਼ਾਸਨਿਕ ਤੰਤਰ ਸਿੱਧਾ ਤੁਸੀਂ ਤਾਰ ਜੋੜ ਤੋਂ ਚੀਫ ਮਿਨਿਸਟਰ ਡਿਪਟੀ ਜ਼ਿਲ੍ਹੇ 'ਚ, ਇਹ ਸਾਰਾ ਪ੍ਰਸ਼ਾਸਨ ਅਲੱਗ ਕਰਤਾ ਤੇ ਤੁਹਾਡੀ ਡਾਇਰੈਕਟ ਰਾਬਤਾ ਹੈ, ਇਹਦਾ ਖਮਿਆਜਾ ਭੁਗਤਿਆ ਜਾ ਰਿਹਾ। ਇਹ ਉਹੋ ਜਿਹਾ ਪ੍ਰਬੰਧ ਹੈ ਜਿਹੋ ਜਿਹਾ ਐਜੂਕੇਸ਼ਨ 'ਚ ਕੀਤਾ ਗਿਆ। ਗੌਰਮੈਂਟ ਆਫ ਇੰਡੀਆ ਨੇ ਜਦੋਂ ਦਾ ਸਰਵ ਸਿੱਖਿਆ ਅਭਿਆਨ ਦਾ ਇੱਕ ਅਭਿਆਨ ਚਲਾਇਆ ਸੀ ਨਾ ਡਾਇਰੈਕਟ ਐਜੂਕੇਸ਼ਨ ਦੇ ਮੁਕਾਬਲੇ, ਉਹਦੇ 'ਚ ਕੀ ਕਰਤਾ ਕਿ ਇੱਕ DGSE ਹੋਏਗਾ, ਡਾਇਰੈਕਟਰ ਜਨਰਲ ਸਕੂਲ, ਜਿਹੜਾ IAS ਅਫਸਰ ਲਾਤਾ ਬਾਅਦ ਦੇ ਵਿੱਚ, ਪਹਿਲਾਂ ਉਹਨਾਂ 'ਚੋਂ ਵੀ ਲਾਇਆ ਸੀ, ਉਹਦੇ ਆਪਣੇ ਬੰਦੇ ਹੋਣਗੇ ਹੇਠਾਂ ਤੱਕ, ਦੋ ਦੋ ਮਾਸਟਰ ਇੱਕ ਇੱਕ ਸਕੂਲਾਂ 'ਚੋਂ ਕੱਢ ਲਏ, ਉਹ ਸਾਰੇ ਬਿਊਰੋਕਰੈਟ ਬਣਾ ਤੇ ਇੱਕ ਟਾਈਪ ਦਾ, ਉਹ ਜਾ ਜਾ ਕੇ DO ਨੂੰ ਧਮਕਾਉਂਦੇ ਨੇ, ਉਹ ਜਾ ਕੇ BPO ਨੂੰ ਧਮਕਾਉਂਦੇ ਨੇ, ਉਹ ਜਿਹੜੇ ਜੈਨੂਅਨਲੀ ਅਪਰੋਚ 'ਚੋਂ ਆਏ ਬੰਦੇ ਨੇ ਉਹਨਾਂ ਨੂੰ ਉਹ ਕਹਿੰਦੇ ਨੇ ਵੀ ਦੱਸੋ ਜੀ, ਕਿਉਂਕਿ ਉਹ ਸਿੱਧੇ DGSE ਦੇ ਬੰਦੇ ਨੇ, ਇਸ ਕਰਕੇ ਡਰਦੇ ਨੇ DO ਦੀ ਪਾਵਰ। ਵੈਸੇ ਤਾਂ ਉਹਨਾਂ ਨਾਲੋਂ ਕੁਝ ਇੱਕ ਸਧਾਰਨ ਮਾਸਟਰ ਹੈ, ਉਹਨੂੰ ਡੈਲੀਗੇਟ ਕਰਕੇ ਤੁਸੀਂ ਬਣਾਤਾ ਵੀ ਜਾਓ, ਤੁਸੀਂ ਟੀਮਾਂ ਜਿਹੜੀਆਂ ਨੇ ਚੈਕਿੰਗ ਵਾਲੀਆਂ ਟੀਮਾਂ ਬਣ ਗਈਆਂ, ਤੁਸੀਂ ਇਨਵੈਸਟੀਗੇਸ਼ਨ ਵਾਲੀਆਂ ਬਣ ਗਈਆਂ, ਉਹ 'ਚ ਮੇਜਰ ਢਾਂਚਾ ਡਿਮੋਰਲਾਈਜ਼ ਹੋ ਜਾਂਦਾ ਤੇ ਕੁਝ ਚੀਜ਼ਾਂ ਉਹ ਲੱਗਦੀਆਂ ਹੁੰਦੀਆਂ ਨੇ ਕਿ ਹਾਂ ਬਾਕੀ ਦੀਆਂ ਚੱਲਦੀਆਂ ਨੇ। ਪ੍ਰਸ਼ਾਸਨ ਦੇ ਵਿੱਚ ਵੀ ਜਦੋਂ ਤੁਸੀਂ ਮੇਨ ਢਾਂਚੇ ਨੂੰ ਡਿਮੋਰਲਾਈਜ਼ ਕਰ ਦੋਗੇ ਤਾਂ ਇਕੱਲਾ ਕੁਝ ਬੰਦੇ ਬਿਠਾ ਕੇ ਆਪਣੇ ਢੰਗ ਨਾਲ ਫੀਡ ਲੈ ਜਿਹੜੀ ਲੈਣ ਦੀ ਗੱਲ ਹੈ ਉਹ ਨਹੀਂ ਚੱਲਦਾ ਤੰਤਰ। ਪਹਿਲਾਂ ਤਾਂ ਅਪਰੋਚ ਜਿਹੜੀ ਅਪਣਾਈ ਗਈ ਆ ਉਹ ਆਟੋਮੈਟਿਕਲੀ ਬੇਸਿਕ ਫਾਲਟ ਹੈ ਉਹਦੇ 'ਚ ਬੁਨਿਆਦੀ ਤੌਰ ਦੇ ਉੱਤੇ। ਜੇ ਤੁਸੀਂ ਕਿਸੇ ਨੂੰ ਜ਼ਿੰਮੇਵਾਰੀ ਨਹੀਂ ਦਿੰਦੇ ਅਫਸਰ ਨੂੰ ਤਾਂ ਉਹ ਤੁਹਾਡੇ ਪ੍ਰਤੀ ਜਵਾਬਦੇਹ ਵੀ ਕੀ ਹੋਏਗਾ? ਪਹਿਲਾਂ ਜ਼ਿੰਮੇਵਾਰੀ ਦੇਣੀ ਪਏਗੀ ਫਿਰ ਜਵਾਬਦੇਹੀ ਆਉਂਦੀ ਹੈ। ਹੁਣ ਉਹਦੇ ਨਾਲ ਦੀ ਨਾਲ ਕੀ ਹੋ ਰਿਹਾ, ਔਰ ਇਸੇ ਕਰਕੇ ਇਹ ਤਾਂ ਹੈਗੇ ਨੇ ਚੀਫ ਮਿਨਿਸਟਰ, ਹਾਲਾਂਕਿ ਇਹ ਵੀ ਨਹੀਂ ਪਤਾ ਪੂਰੀ ਤਰ੍ਹਾਂ ਕਿ ਚੀਫ ਮਿਨਿਸਟਰ ਦੇ ਹੱਥ 'ਚ ਪੂਰੀ ਪਾਵਰ ਹੈ ਕਿ ਨਹੀਂ। ਇੱਥੇ ਤਾਂ ਪਾਵਰ ਦਾ ਵੀ ਰੌਲਾ ਰਿਹਾ ਹੁਣ ਤੱਕ ਕਿ ਦਿੱਲੀ ਡਿਸਾਈਡ ਕਰਦੀ ਹੈ ਕੌਣ ਲੱਗੂਗਾ ਕੌਣ ਨਹੀਂ ਲੱਗੂਗਾ, ਕਿਹਨੂੰ ਕਿੱਥੇ ਲਾਉਣਾ ਕਿਹਨੂੰ ਕਿੱਥੇ ਨਹੀਂ ਲਾਉਣਾ, ਉਹਦਾ ਵੀ ਦਖਲ ਬਹੁਤ ਜ਼ਿਆਦਾ।
ਪਰ ਇਹ ਤਰੀਕਾ ਤਾਂ ਤੁਸੀਂ ਪ੍ਰਧਾਨ ਮੰਤਰੀ ਤੋਂ ਹੀ ਸਿੱਖ ਸਕਦੇ ਨੇ ਸਾਡੇ ਚੀਫ ਮਿਨਿਸਟਰ ਸਾਹਿਬ। ਪੀਐਮਓ ਇੰਨਾ ਮਜ਼ਬੂਤ ਹੋਇਆ ਕਿ ਮਿਨਿਸਟਰੀਆਂ ਨੂੰ ਕੋਈ ਨਹੀਂ ਪਤਾ, ਜਦੋਂ ਕਿਸਾਨੀ ਨਾਲ ਗੱਲ ਕਰਦੇ ਤੁਹਾਡੇ ਤਿੰਨ ਮਿਨਿਸਟਰ ਆਉਂਦੇ ਨੇ, ਉਹ ਵਾਰ ਵਾਰ ਜਾ ਕੇ ਟੈਲੀਫੋਨ ਕਰ ਰਹੇ ਨੇ ਉੱਪਰ ਬੌਸਜ ਨੂੰ, ਆਹ ਕਰ ਲਈਏ ਜੀ ਜਾਂ ਨਹੀਂ ਕਰ ਲਈਏ, ਤਾਂ ਉਹ ਬਾਰਗੇਨਰ ਕਿੱਡਾ ਕੁ ਵੱਡਾ ਬਾਰਗੇਨਰ ਹੋਊਗਾ ਜਿਹੜਾ ਇੰਨੀ ਕੁ ਤਾਕਤ ਲੈ ਕੇ ਨਹੀਂ ਆਉਂਦਾ ਕਿ ਮੈਂ ਭਾਈ ਇਹਨੂੰ ਨਿਪਟਾ ਦੂੰਗਾ ਜਾਂ ਨਾ ਨਿਪਟਾ ਦੂੰਗਾ। ਹੈ ਤਾਂ ਬਰਾਬਰ ਦੇ ਮਿਨਿਸਟਰ ਨੇ ਉਹ, ਉਹਦੇ ਨਾਲ ਖਲਾਰਾ ਪਿਆ ਪਿਆ ਪੀਐਮਓ ਚ, ਨਾਲੇ ਪ੍ਰਧਾਨ ਮੰਤਰੀ ਚੀਫ ਮਿਨਿਸਟਰ ਦੇ ਮੁਕਾਬਲੇ ਡਿਸਾਈਸਿਵ ਮੰਨੇ ਜਾਂਦੇ ਨੇ ਕਿ ਜੀ ਉਹਦੀ ਗੱਲ ਚੱਲਦੀ ਹੈ, ਉਹਦੇ ਕੋਲ ਸੁਪਰ ਪਾਵਰ ਹੈ, ਤੇ ਉਹ ਜਿਹਨੂੰ ਮਰਜ਼ੀ ਹਟਾਉਂਦੇ ਨੇ, ਜਿਹਨੂੰ ਮਰਜ਼ੀ ਲਾਉਂਦੇ ਨੇ, ਕੋਈ ਬੋਲਦਾ ਨਹੀਂ। ਸਾਡੇ ਤਾਂ ਜੇ ਚੀਫ ਮਿਨਿਸਟਰ ਕੋਲੋਂ ਪਾਵਰ ਨਹੀਂ, ਪਰ ਲੋਕਾਂ ਨੇ ਵੋਟਾਂ 'ਚ ਵੀ ਦੱਸਤਾ, ਔਰ ਆਰਐਸਐਸ ਵੀ ਦੱਸ ਰਹੀ ਹੈ, ਲੋਕ ਵੋਟਾਂ 'ਚ ਵੀ ਦੱਸ ਰਹੇ ਨੇ ਵੀ ਇਹ ਸਿਸਟਮ ਨਹੀਂ ਚੱਲਦੇ ਹੁੰਦੇ ਡੈਮੋਕ੍ਰੇਸੀ 'ਚ। ਡੈਮੋਕ੍ਰੇਸੀ 'ਚ ਪਾਵਰ ਟਰਾਂਸਫਰ ਕਰਨੀ ਪੈਂਦੀ ਹੈ, ਪਾਵਰ ਡੈਲੀਗੇਟ ਕਰਨੀ ਪੈਂਦੀ ਹੈ, ਡੈਲੀਗੇਟ ਕਰਕੇ ਉਦੋਂ ਬਾਅਦ ਤੁਸੀਂ ਉਹਨੂੰ ਜਵਾਬਦੇਹ ਬਣਾ ਸਕਦੇ ਹੋ ਉਹਨਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਇਹ ਕੰਮ ਕਿਉਂ ਨਹੀਂ ਕਰਦੇ ਜਾਂ ਇਹ ਕੰਮ ਕਿਉਂ ਨਹੀਂ ਹੋਇਆ। ਔਰ ਇਦੋਂ ਪਹਿਲਾਂ ਇਕੱਲਾ ਡੀਸੀਆਂ ਦਾ ਛੱਡੋ, ਜਿਹੜੀ ਸਰਕਾਰ ਨੇ ਆਪਣੀ ਫਜੀਅਤ ਆਪ ਕਰਾਈ ਹੈ, ਚੀਫ ਮਿਨਿਸਟਰ ਦੀ ਮੀਟਿੰਗ 'ਚ ਹੋਈ ਹੈ, ਚਾਹੇ ਉਹ ਮੀਟਿੰਗ ਪੰਚਾਇਤਾਂ ਭੰਗ ਕਰਕੇ ਹੋਈ ਹੋਵੇ, ਜੇ ਤੁਸੀਂ ਲਾ ਐਵੇਂ ਇੰਪਲੀਮੈਂਟ ਕਰੋਗੇ ਬਾਅਦ ਦੇ ਵਿੱਚ ਕਹੋਗੇ ਜੀ ਸਾਤੋਂ ਗਲਤੀ ਹੋ ਗਈ, ਫਿਰ ਦੋ ਅਫਸਰ ਟੰਗ ਦੋਗੇ, ਮੁੜ ਕੇ ਉਹ ਬਹਾਲ ਵੀ ਹੋ ਜਾਣਗੇ, ਤੇ ਫਿਰ ਉਹ ਕਿਵੇਂ ਹੋਊ ਜਦੋਂ ਵਾਰ ਵਾਰ ਫਿਰ ਤੁਸੀਂ ਚੇਅਰਮੈਨ ਬਦਲ ਦੋਗੇ ਵੂਮੈਨ ਕਮਿਸ਼ਨ ਦਾ, ਉਹਦਾ ਵੀ ਐਕਟ ਨਹੀਂ ਦੇਖਦੇ, ਉਹ ਹਾਈ ਕੋਰਟ ਚਲੇ ਜਾਂਦੇ ਨੇ ਤੇ ਮੁੜ ਕੇ ਬਹਾਲੀ ਹੋ ਜਾਂਦੀ ਹੈ। ਕਿੰਨੀਆਂ ਹੀ ਚੀਜ਼ਾਂ ਕੀ ਕਰੋਗੇ ਵਾਰ ਵਾਰ, ਜਿੰਨੇ ਵੀ ਫੈਸਲੇ ਹੋ ਰਹੇ ਨੇ ਤੇ ਉਹਨਾਂ ਨੂੰ ਵਿਡਰਾ ਕਰੋਗੇ ਜੀ। ਫਿਰ ਜਿਹੜੇ ਪੈਸੇ ਕਿਸਾਨੀ ਨਾਲ ਤੁਸੀਂ ਗੱਲ ਕੀਤੀ ਕਿ ਮੁਰਗੀ ਦਾ ਵੀ ਦਊਂਗਾ ਮੈਂ, ਇਹਦਾ ਵੀ ਦਊਂਗਾ, ਜੇ ਦੁਬਾਰਾ ਲਾਉਣੀ ਪੈਗੀ ਉਹਦਾ ਦੁਬਾਰਾ ਦਊਂਗਾ, ਇਹ ਕਿਹੜੇ ਡੀਸੀ ਨੇ ਕਿਹਾ ਸੀ ਕਿ ਤੁਸੀਂ ਇਹ ਵੀ ਐਲਾਨ ਕਰੋ? ਤੇ ਫਿਰ ਜੇ ਉਹ ਪੈਸੇ ਹੀ ਤੁਹਾਡੇ ਕੋਲ ਨਹੀਂ ਹੈ, ਉਹੀ 6800 ਰੁਪਈਆ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਗਵਰਨਮੈਂਟ ਆਫ ਇੰਡੀਆ ਤੋਂ ਆਉਣਾ ਕੇਵਲ ਉਨਾ ਹੀ ਹੈ, ਤੇ ਫਿਰ ਵੱਡੇ ਵਾਅਦੇ ਕਰਦੇ ਕਿਉਂ? ਇਹ ਤਾਂ ਕਿਸੇ ਨੇ ਨਹੀਂ ਕੀਤੇ, ਜਵਾਬਦੇਹੀ ਤੁਹਾਨੂੰ ਆਪਣੇ ਤੇ ਵੀ ਲੈਣੀ ਪਊਗੀ ਨਾ, ਜਿਹੜੇ ਗੱਲਾਂ ਤੁਸੀਂ ਕੀਤੀਆਂ ਨੇ ਤੇ ਅੱਗੇ ਜਾ ਕੇ ਨਹੀਂ ਕਿਤੇ ਹੋ ਰਹੀਆਂ। ਫਿਰ ਡਰੱਗ ਦਾ ਮੁੱਦਾ ਹੈ, ਡਰੱਗ ਦੇ ਸਾਰੇ ਮੁੱਦੇ ਦੇ ਉੱਚ ਤੁਸੀਂ ਕੀ ਕੀਤਾ? ਔਰ ਜਦੋਂ ਆ ਕਈ ਆ ਗਈਆਂ ਵੀ 14 ਮੌਤਾਂ ਹੋ ਗਈਆਂ ਜੀ 14 ਦਿਨਾਂ ਦੇ ਵਿੱਚ, ਕਾਫੀ ਛਪ ਗਿਆ, ਪੁਲਿਸ ਨੇ ਫਿਰ ਵੱਡੇ ਵੱਡੇ ਮਤਲਬ ਮੋਰਚੇ ਖੋਲ ਲਏ ਜੀ, ਹਰੇਕ ਜਗ੍ਹਾ ਜਾ ਕੇ ਤਲਾਸ਼ੀਆਂ ਹੋ ਰਹੀਆਂ ਨੇ, ਉਹ ਤਲਾਸ਼ੀਆਂ ਨਾਲ ਚੱਲੂਗਾ ਕੰਮ? ਤਲਾਸ਼ੀਆਂ ਤਾਂ ਲੋਕ ਤੁਹਾਨੂੰ ਦੱਸ ਰਹੇ ਨੇ ਆ ਇੱਥੇ ਵਿਕ ਰਿਹਾ, ਆਹ ਬੰਦੇ ਵੇਚ ਰਹੇ ਨੇ, ਫਲਾਨੀ ਜਗ੍ਹਾ ਹੈ, ਉਹਨੂੰ ਤਾਂ ਤੁਸੀਂ ਕੁਛ ਕਰਦੇ ਨਹੀਂ। ਸਰਚ ਅਭਿਆਨ ਚੱਲ ਰਿਹਾ ਜੀ, ਸਰਚ ਅਭਿਆਨ, ਜਿਹੜਾ ਮਾੜਾ ਮੋਟਾ ਵਿਚਾਰੇ ਬੰਦਿਆਂ 'ਚ ਜਾਨ ਹੁੰਦੀ ਆ ਉਹਨਾਂ ਦੇ ਵੀ ਕੱਪੜੇ ਫਰੋੜ ਦਿਓ ਜਾ ਕੇ ਤੁਸੀਂ, ਇਹ ਸਰਚ ਅਭਿਆਨ ਹੁੰਦੇ ਨੇ। ਜਾਂ ਤਾਂ ਕੋਈ ਇਹ ਕਹੇ ਕਿ ਤੁਹਾਨੂੰ ਕੋਈ ਬੰਦਾ ਦੱਸ ਨਹੀਂ ਰਿਹਾ, ਤੁਹਾਨੂੰ ਪਤਾ ਨਹੀਂ, ਤੁਹਾਡੀ ਇੰਟੈਲੀਜੈਂਸ ਨੂੰ ਨਹੀਂ ਪਤਾ ਕਿ ਕਿੱਥੇ ਨਸ਼ਾ ਵਿਕ ਰਿਹਾ। ਲੋਕ ਚੀਕ ਚੀਕ ਕੇ, ਜਿਨ੍ਹਾਂ ਦੇ ਪੁੱਤ ਮਰ ਗਏ ਉਹ ਬੀਬੀਆਂ ਚੀਕ ਚੀਕ ਕੇ ਆਨ ਰਿਕਾਰਡ ਕੈਮਰਿਆਂ 'ਤੇ ਕਹਿ ਰਹੇ ਨੇ ਕਿ ਆਹ ਵਿਕਦਾ ਸਾਡੇ ਫਲਾਨੇ ਜਗ੍ਹਾ, ਆਹ ਫਲਾਨੀ ਜਗ੍ਹਾ। ਫਿਰ ਤੁਹਾਡਾ ਰਾਜਜੀਤ ਸਿੰਘ ਜਿਹੜਾ ਸੀ ਉਹ ਕਿੱਥੇ ਗਿਆ, ਜਿਹੜਾ ਮਾੜਾ ਮੋਟਾ ਅੱਗੇ ਤੋਰਨਾ ਸੀ, ਜਿਹੜਾ ਕਹਿੰਦੇ ਸੀ ਪੁਲਿਸ 'ਚੋਂ ਕਾਲੀਆਂ ਭੇਡਾਂ ਲੱਭਾਂਗੇ, ਉਹ ਕਿੱਧਰ ਗਈਆਂ? ਉਹ ਕਿੱਥੇ ਹੈ ਜੀ ਉਹ ਸਰਚ ਆਪਰੇਸ਼ਨ ਜਿਹੜਾ ਅੰਦਰੋਂ ਬੰਦਿਆਂ ਨੂੰ ਲੱਭ ਕੇ ਦਿਖਾਈ ਦਿੰਦਾ ਹੋਵੇ ਸਾਰੇ ਮਾਮਲੇ? ਇਸ ਲਈ ਨੁਕਸ ਤੁਹਾਡੇ ਇਹ ਸਾਰਿਆਂ ਤੋਂ ਬੜੇ ਨੇ, ਤੇ ਇਦੋਂ ਬਿਨਾਂ ਜਿਹੜੇ ਐਮਪੀਆਂ ਐਮਐਲਏਆਂ ਦੇ ਖਿਲਾਫ, ਮੰਤਰੀਆਂ ਖਿਲਾਫ ਤੁਸੀਂ ਕਾਰਵਾਈ ਕੀਤੀ, ਉਹ ਕਿੱਥੇ ਕਾਨੂੰਨ ਹੈ, ਉਹ ਕਾਰਵਾਈ ਕਿੱਥੇ ਗਈ ਹੈ? ਵਿਜੀਲੈਂਸ ਕੀ ਕਰਦੀ ਹੈ? ਜਦੋਂ ਵਿਜੀਲੈਂਸ ਨੇ 40-45 ਅਫਸਰਾਂ ਦੀ ਤੁਹਾਨੂੰ ਇੱਕ ਲਿਸਟ ਦਿੱਤੀ, ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਈ? ਕਿਤੇ ਗੱਲ ਅੱਗੇ ਤੁਰੀ ਜਾਂ ਨਹੀਂ ਤੁਰੀ? ਇਹ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਫਿਰ ਇਹ ਕਿਹਨੇ ਕਿਹਾ ਸੀ ਕਿ ਤੁਸੀਂ ਘਰ ਘਰ ਆਟਾ ਵੰਡੋਗੇ? ਚੰਗੀ ਭਲੀ ਇੱਕ ਬਿਲ ਕਾਨੂੰਨ ਬਣਿਆ ਹੋਇਆ ਹੈ, ਰਾਈਟ ਟੂ ਫੂਡ ਐਕਟ ਹੈ, ਇਕੱਲਾ ਆਪਣੇ ਦਿਮਾਗ ਤੇ ਇੱਕ ਫੁੰਦਾ ਸਿਹਰਾ ਲਾਉਣ ਦੇ ਲਈ ਤੁਸੀਂ ਉਹ 'ਚ ਕੁਝ ਤਬਦੀਲੀ ਕਰਨੀ ਆ ਮਾੜੀ ਮੋਟੀ, ਉਹ ਮਿਲਿਆ ਨਹੀਂ। ਲੋਕ ਤੁਹਾਡੇ ਨਾਲ ਨਾਰਾਜ਼ ਹੋ ਗਏ, ਕਿੰਨੇ ਹੀ ਐਮਐਲਏ ਕਹਿ ਰਹੇ ਨੇ ਇਹਨਾਂ ਦੇ ਹੁਣ ਕਿ ਉਹਨੇ ਸਾਡਾ ਭੱਠਾ ਬਿਠਾਤਾ, ਉਹ ਜਿਹੜਾ ਮਤਲਬ ਆਟਾ ਸੀਗਾ ਆਟਾ ਗਿਆ ਹੀ ਨਹੀਂ,
ਫਿਰ ਤੁਹਾਡੇ ਕੋਲ ਆਟਾ ਪਸਾਇਆ ਨਹੀਂ ਗਿਆ, ਤੁਸੀਂ ਕਹਿੰਦੇ 20 ਕਿਲੋ ਹੀ ਦੇਵਾਂਗੇ, ਅਸੀਂ ਤਾਂ 30 ਦੇਣਾ ਨਹੀਂ। ਉਹ ਬੰਦੇ ਕਹਿੰਦੇ ਵੀ 10 ਕਿਲੋ ਦਾ ਕੱਟ ਕਿੱਥੋਂ ਲੱਗ ਗਿਆ ਜੀ ਆ ਕੇ। ਫਿਰ ਤੁਸੀਂ ਸਫਾਈ ਦੇਈ ਜਾਓ ਅਗਲੇ ਕੋਲ 20 ਕਿਲੋ, ਤੁਸੀਂ ਫੇਰ ਦੇਵਾਂਗੇ ਜੀ, ਫੇਰ ਦੇਵਾਂਗੇ, ਫੇਰ ਅਗਲਾ ਕਹਿੰਦਾ ਗੌਰਮੈਂਟਾਂ ਤੇ ਭਰੋਸਾ ਐਡਾ ਹੈ ਨਹੀਂ, 10 ਕਿਲੋ ਖਾ ਗਏ ਤੁਸੀਂ ਸਾਡਾ। ਇਹ ਨੈਰੇਟਿਵ ਹੇਠਾਂ ਤੋਂ ਚੱਲਿਆ, ਇਹ ਹੇਠਾਂ ਤੋਂ ਚੱਲਿਆ ਨੈਰੇਟਿਵ, ਕਿਸੇ ਹੇਠਲੇ ਬੰਦੇ ਦਾ ਕੰਮ ਨਹੀਂ ਹੈ। ਇਹ ਤੁਹਾਡੇ ਚੀਫ ਮਿਨਿਸਟਰ ਦਫ਼ਤਰ ਚੋਂ ਗਈਆਂ ਨੇ ਸਾਰੀਆਂ ਚੀਜ਼ਾਂ, ਇਹ ਬਿਆਨ, ਇਹ ਫੈਸਲੇ, ਇਹ ਪਾਲਿਸੀ। ਇਹਨੂੰ ਅੰਦਰ ਝਾਤ ਵੀ ਮਾਰੋ, ਫਿਰ ਪ੍ਰਸ਼ਾਸਨ ਵੀ ਠੀਕ ਕਰ ਲਿਓ, ਤੇ ਇਹਦੇ ਨਾਲ ਨਾਲ ਕੈਬਨਿਟ ਮਿਨਿਸਟਰਾਂ ਨੂੰ ਅਧਿਕਾਰ ਵੀ ਦਿਓ, ਉਹਨੂੰ ਡਿਊਟੀ ਬਾਉਂਡ ਵੀ ਕਰੋ, ਉਹਨਾਂ ਦੀ ਜਵਾਬਦੇਹੀ ਵੀ ਲਓ। ਔਰ ਜੇ ਉਹ ਵੀ ਕਹਿ ਦੇਣਗੇ ਮੁੜ ਕੇ, ਜੇ ਮੈਨੂੰ ਲੱਗਦਾ ਕਿਉਂ ਨਹੀਂ ਤੁਸੀਂ ਕਹਿ ਰਹੇ ਹੋ ਵੀ ਕੈਬਨਿਟ 'ਚ ਕਿਉਂ ਨਹੀਂ ਕਹਿੰਦੇ, ਕੈਬਨਿਟ 'ਚ ਕਹਿ ਦੇ, ਚੀਫ ਮਿਨਿਸਟਰ ਕਹੂਗਾ ਵੀ ਸਾਨੂੰ ਕੀ ਹੈ ਜੀ, ਮੈਨੂੰ ਤਾਂ ਬਦਲੀ ਕਰਨ ਦਾ ਅਧਿਕਾਰ ਨਹੀਂ ਆਪਣੇ ਉਹਦੇ 'ਚ, ਮੈਂ ਤਾਂ ਕੁਝ ਜਨਾਬ ਕਰ ਹੀ ਨਹੀਂ ਸਕਦਾ, ਕਰ ਤਾਂ ਤੁਸੀਂ ਰਹੇ ਹੋ, ਫਿਰ ਮੇਰੇ ਵਾਲਾ ਤਾਂ ਤੁਹਾਡੇ 'ਤੇ ਹੀ ਜਾਂਦਾ ਸਾਰਾ ਕੁਛ, ਫਿਰ ਚੀਫ ਮਿਨਿਸਟਰ ਕੀ ਕਹਿਣਗੇ। ਅਫਸਰਾਂ 'ਤੇ ਮਾੜੀ ਮੋਟੀ ਦਾੜ ਤਾਪ ਹੋ ਸਕਦੀ ਹੁੰਦੀ, ਅਫਸਰਾਂ ਨੇ ਕਿਹੜਾ ਐਂ ਕਹਿਣਾ ਜਾ ਕੇ ਮੁੜ ਕੇ, ਚਲੋ ਕੰਮ ਚੱਲਦਾ ਜਾਂਦਾ ਉਸ ਲੈਵਲ ਦਾ, ਅੱਜ SSPਾਂ ਨੂੰ ਬੁਲਾ ਲੈਣਗੇ, SSP ਜ਼ਿੰਮੇਵਾਰ ਹੋਏਗਾ ਜੇਕਰ ਆਹ ਨਹੀਂ ਚੱਲਣਾ। ਥਾਣੇ ਦੇ ਮੁਰਸੀ ਤੋਂ ਲੈ ਕੇ ਤੇ ASI ਤੋਂ ਲੈ ਕੇ ਜਾਂ ਹੇਠਲੇ ਅਫਸਰਾਂ ਤੱਕ ਕੋਈ ਬਦਲੀਆਂ 'ਚ ਕਿਸੇ ਦਾ ਰੋਲ ਹੈ ਹੇਠਾਂ ਤੋਂ ਉੱਪਰ ਤੱਕ? ਜਦੋਂ ਪੋਲੀਟਿਕਸ ਇਸ ਲੈਵਲ ਦੀ ਇੰਟਰਵੀਨ ਕਰੇਗੀ, ਐਡਮਿਨਿਸਟ੍ਰੇਸ਼ਨ ਦਾ ਢਾਂਚਾ ਤੁਸੀਂ ਇੰਨਾ ਬਰਬਾਦ ਹੋ, ਇਹ ਅੱਜ ਨਹੀਂ ਹੋਇਆ, ਇਹ ਸਾਰਾ ਪੈਰਲਲ ਚੱਲ ਰਿਹਾ ਲਗਾਤਾਰਤਾ ਦੇ ਵਿੱਚੋਂ, ਕਾਂਗਰਸ ਅਕਾਲੀਆਂ ਦੇ ਵਿੱਚੋਂ, ਕਿ ਮੁਨਸੀ ਵੀ ਪੋਲੀਟੀਕਲ ਹਲਕਾ ਇੰਚਾਰਜ ਮੁਤਾਬਕ ਲੱਗੇਗਾ, MLA ਦੇ ਮੁਤਾਬਕ DSP ਲੱਗੂਗਾ, ਉਹਦੇ ਮੁਤਾਬਕ ਹੀ SDM ਲੱਗੂਗਾ, ਉਹਦੇ ਮੁਤਾਬਕ ਹੀ ਫਲਾਨਾ ਲੱਗੂਗਾ। ਜਦੋਂ ਤੁਸੀਂ ਉਹ ਸਾਰਾ ਕੁਝ ਕਰੋਗੇ ਤਾਂ ਫਿਰ ਕਿਵੇਂ ਚੱਲੂਗਾ ਢਾਂਚਾ, ਚੁਸਤ ਦਰੁਸਤ ਕਿਵੇਂ ਹੋਏਗਾ, ਜ਼ਿੰਮੇਵਾਰੀ ਫਿਕਸ ਕਿਵੇਂ ਕਰ ਦੋਗੇ? ਫਿਰ ਮੈਰਿਟ 'ਤੇ ਤਾਂ ਤੁਸੀਂ ਬੰਦੇ ਹੀ ਨਹੀਂ ਲਾ ਰਹੇ, ਉਹ ਬੰਦੇ ਲਾਓ, ਉਹਨਾਂ ਦੀਆਂ ਜਵਾਬਦਾਰੀਆਂ ਫਿਕਸ ਕਰੋ, ਉਦੋਂ ਬਾਅਦ ਫਿਰ ਤੁਸੀਂ ਮੋਰਲੀ ਵੀ ਕਰ ਸਕਦੇ ਹੋ, ਲੀਗਲੀ ਵੀ ਕਰ ਸਕਦੇ ਹੋ, ਕਿ ਤੈਨੂੰ ਲਾਇਆ ਗਿਆ ਔਨ ਮੈਰਿਟ, ਔਰ ਤੇਤੋਂ ਇਹ ਜ਼ਿੰਮੇਵਾਰੀ ਨਿਭਾਈ ਨਹੀਂ ਜਾ ਰਹੀ, ਕਿਉਂ ਨਹੀਂ ਨਿਭਾਈ ਜਾ ਰਹੀ, ਜਾਂ ਐਕਸਪਲੇਨੇਸ਼ਨ ਦੇ ਦਿਓ, ਨਹੀਂ ਤਾਂ ਕਾਰਵਾਈ ਹੋਏਗੀ। ਜੇ ਤੁਸੀਂ ਇਹ ਨਹੀਂ ਦਿੰਦੇ ਫਿਰ ਕਿਵੇਂ ਕਰੋਗੇ ਠੀਕ ਪ੍ਰਸ਼ਾਸਨ? ਮੈਨੂੰ ਇਹ ਬੜਾ ਮਿਲਗੋਬਾ ਜਿਹਾ ਲੱਗਦਾ, ਬੜੀਆਂ ਉਲਝਣਾਂ ਲੱਗਦੀਆਂ ਨੇ, ਔਰ ਇਹ ਤਾਂ ਮੋਟਾ ਜਿਹਾ ਫੰਡਾ ਹੈ। ਮੈਨੂੰ ਲੱਗਦਾ ਕੋਈ ਵੀ ਸੀਨੀਅਰ ਬੈਰੋਕਰੇਟ ਦੱਸ ਦੇਗਾ, ਜੇ ਚੀਫ ਮਿਨਿਸਟਰ ਸੁਣਨ ਲਈ ਰਾਜ਼ੀ ਹੋਣ, ਜਿਨ੍ਹਾਂ ਦਾ ਕੋਈ ਲੰਬਾ ਤਜਰਬਾ ਹੈ, ਰਿਟਾਇਰ ਬਥੇਰੇ ਹੋਣਗੇ ਚੱਜ ਦੇ ਜੇਕਰ ਤੁਹਾਨੂੰ ਇੱਥੋਂ ਨਹੀਂ ਲੱਭਦੇ ਤੇ ਬਾਕੀ। ਪਰ ਸਵਾਲ ਤਾਂ ਤੁਸੀਂ ਚੀਫ ਸੈਕਟਰੀ ਇਸ ਲਈ ਬਦਲ ਦਿੰਦੇ ਹੋ, ਜਦੋਂ ਐਕਸਟਰਾ ਮਤਲਬ ਇੱਕ ਜਿਹੜੀ ਕਨਸਟੀਟਿਊਸ਼ਨਲ ਅਥਾਰਟੀ ਹੈ ਜਿਹਦੇ ਕੋਲ ਕੋਈ ਅਥਾਰਟੀ ਨਹੀਂ, ਉਹਦੇ ਸਾਹਮਣੇ ਨਤਮਸਤਕ ਹੋਣ ਦੀ ਗੱਲ ਕਰਦੇ ਹੋ, ਤੇ ਇੱਕ ਬੰਦਾ ਆਪਣੀ ਮੋਰੈਲਿਟੀ 'ਚੋਂ ਇਹ ਸਮਝਦਾ ਕਿ ਨਹੀਂ ਮੈਂ ਉਹਨਾਂ ਸਾਹਮਣੇ ਨਹੀਂ ਆ, ਮੈਂ ਤੁਹਾਡੇ ਸਾਹਮਣੇ ਹੈਗਾ ਜਿਹਨੂੰ ਮਰਜ਼ੀ ਬਾਕੀ ਦੱਸਦੇ ਰਹੇ ਹੋ, ਤੇ ਤੁਸੀਂ ਤਾਂ ਉਹਦੀ ਪੋਸਟ ਲੈ ਲੈਂਦੇ ਹੋ, ਤੇ ਇਹ ਤਰੀਕੇ ਨਾਲ ਤਾਂ ਨਹੀਂ ਪ੍ਰਸ਼ਾਸਨ ਚੱਲਣਾ, ਪ੍ਰਸ਼ਾਸਨ ਤਾਂ ਬਹੁਤ ਚੀਜ਼ਾਂ ਨਾਲ ਚੱਲੇਗਾ। ਇਹ ਨਾ ਲੈਂਦੇ ਤਾਂ ਇਹਨਾਂ ਦੀ ਲੈ ਲੈਂਦੇ ਜੀ ਆਪਣਾ ਪੋਸਟ ਫਿਰ। ਸੋ ਤੁਸੀਂ ਸਵਾਲ ਇਸ ਤਰ੍ਹਾਂ ਦਾ ਉਠਾ ਰਹੇ ਹੋ ਜਿਹੜੇ ਮੁੱਖ ਮੰਤਰੀ ਦੇ ਬੱਸ 'ਚ ਨਹੀਂ। ਹਾਂ, ਮੁੱਖ ਮੰਤਰੀ ਦੇ ਬੱਸ ਵਿੱਚ ਹੈ ਕਿ ਉਹ ਆਪਣੇ ਚੀਫ ਸੈਕਟਰੀ ਨੂੰ ਤਾਕਤਾਂ ਦੇਣ, ਤਾਂ ਉਹਨਾਂ ਨੂੰ ਕਹਿਣ ਵੀ ਤੁਹਾਡੇ ਤੋਂ ਮੈਂ ਪੁੱਛਣਾ ਹੈ, ਆਹ ਅਸੀਂ ਪਾਲਿਸੀ ਬਣਾਤੀ ਤੇ ਆਹ ਤੁਸੀਂ ਇੰਪਲੀਮੈਂਟ ਕਰਨੀ ਆ, ਤੇ ਉਹ ਜਿਹੜੀ ਹਰਾਰਕੀ ਆ ਉੱਪਰੋਂ ਥੱਲੇ ਤੱਕ ਸਾਰੀ ਫਿਰ ਉਹ ਵਰਕ ਕਰੇ। ਤੁਹਾਡਾ ਜਿੰਨਾ ਵੀ CID ਦਾ ਤੰਤਰ ਸੀ ਕਿੱਥੇ ਗਿਆ? ਕਿਉਂ ਨਹੀਂ ਤੁਹਾਨੂੰ ਪਤਾ ਲੱਗਦਾ ਵੀ ਕਰਪਸ਼ਨ ਕਿੱਥੇ ਹੋ ਰਹੀ ਤੇ ਕੌਣ ਕਰ ਰਿਹਾ? ਤੇ ਜੇ ਤੁਹਾਡੇ ਤਹਿਸੀਲਦਾਰਾਂ ਦੀ ਇੱਕ ਲਿਸਟ ਚਲੇ ਗਈ ਸੀ ਵੀ ਆਹ 48 ਬੰਦੇ ਨੇ ਜੀ, ਇਹਨਾਂ ਦੇ ਨਾਂ ਨਾਲ ਵੀ ਆ ਗਏ ਵੀ ਆਹ ਬੰਦੇ ਇਹਨਾਂ ਦੇ ਆਧਾਰ ਤੇ ਪੈਸੇ ਲੈਂਦੇ ਆ, ਤੇ ਤੁਹਾਡਾ ਜਿਹੜਾ ਸੀਨੀਅਰ ਅਫਸਰ ਸੀਗਾ IAS ਉਹਨੇ ਕਹਿਤਾ ਵੀ ਇਹ ਤਾਂ ਗੱਲਾਂ ਆਉਂਦੀਆਂ ਰਹਿੰਦੀਆਂ ਜੀ, ਆਪਾਂ ਮਾੜੀ ਮੋਟੀ ਰਿਪੋਰਟ ਮੰਗੀ, ਹੋਰ ਕੱਖ ਨਹੀਂ। ਗੱਲ ਤਾਂ ਇਹ ਹੈ ਕਿ ਤੁਸੀਂ ਉਦਾਹਰਣ ਨਾਲ ਕਿੱਥੇ ਪੇਸ਼ ਹੋਏ ਹੋ? ਜਿੰਨੇ ਬੰਦਿਆਂ ਦੇ ਖਿਲਾਫ਼ ਤੁਸੀਂ ਵਿਜੀਲੈਂਸ ਤੇ ਕੇਸ ਬਣਾਏ ਨੇ, ਉਹਨਾਂ ਦੇ ਖਿਲਾਫ਼ ਕਾਰਵਾਈ ਰੁਕ ਕਿਉਂ ਗਈ? ਕਿੱਥੇ ਕੁ ਖੜੀ ਹੈ? ਕਿਉਂ ਨਹੀਂ ਤੇਜ਼ੀ ਨਾਲ ਅੱਗੇ ਵੱਧਦੀ? ਇਹ ਸਵਾਲ ਤਾਂ ਲੋਕ ਜਵਾਬ ਵੋਟਾਂ ਦੇ ਰੂਪ 'ਚ ਦੇ ਰਹੇ ਨੇ। ਮੁੱਖ ਮੰਤਰੀ ਸਾਹਿਬ ਨੂੰ ਕੰਧ 'ਤੇ ਲਿਖਿਆ ਪੜ੍ਹਨਾ ਚਾਹੀਦਾ ਕਿ ਤੁਸੀਂ ਆਟਾ ਦਾਲ ਸਕੀਮ ਘਰ ਘਰ ਵਾਲੀ ਗੱਲ ਕੀਤੀ, ਫਾਹ ਲੈਣ ਦੀ ਕੀ ਲੋੜ ਹੁੰਦੀ? ਚੱਲਦਾ ਚੱਲਣ ਦਿਓ। ਇਹ ਤਾਂ ਸਰਕਾਰ ਨੂੰ
ਦੇਖਣਾ ਬਣਦਾ ਹੈ ਕਿ ਕੇਂਦਰ ਤੋਂ ਕਿਸ ਤਰੀਕੇ ਨਾਲ ਅਸੀਂ ਲਿਆ ਸਕਦੇ, ਜਿਹੜੀਆਂ ਸਕੀਮਾਂ ਕੇਂਦਰ ਦੀਆਂ ਥੋੜਾ ਬਹੁਤਾ ਹਿੱਸਾ ਪਾ ਕੇ ਚੱਲਦੀਆਂ, ਚੱਲਣ ਦੋ। ਹਾਂ, ਮਹਿਕਮਿਆਂ ਦੇ ਵਿੱਚ ਮੰਤਰੀ ਚੈੱਕ ਕਰਨ ਕਿ ਕਿਧਰੇ ਗਲਤੀ ਤਾਂ ਨਹੀਂ ਹੋ ਰਹੀ, ਲੋੜਵੰਦਾਂ ਤੱਕ ਪਹੁੰਚ ਰਿਹਾ ਕਿ ਨਹੀਂ, ਉਹਦੀ ਟਰਾਂਸਪੇਰੈਂਸੀ ਵਧਾ ਦਿਓ। ਮਾਮਲਾ ਤੇ ਸੀ ਮੰਤਰੀ ਮੰਡਲ ਦੇ ਵਿੱਚ ਤੁਸੀਂ ਨਿਤ ਨਵੇਂ ਤਰੀਕੇ ਨਾਲ ਡਿਸਕਸ਼ਨ ਕਰੋ, ਗਹਿਗਚ ਡਿਸਕਸ਼ਨ ਕਰੋ, 15 ਮਿੰਟਾਂ 'ਚ ਤੁਹਾਡੀ ਮੰਤਰੀ ਮੰਡਲ ਖਤਮ ਹੋ ਜਾਂਦਾ। ਮੰਤਰੀ ਕੋਈ ਉੱਥੇ ਬੋਲਦਾ ਨਹੀਂ ਗਾ, ਬੋਲਦਾ ਫਿਰ ਕੌਣ ਹੈ? ਜਿਹੜੀ ਬਿਊਰੋਕਰੇਸੀ ਹੈ ਉਹ ਵੀ ਖੁੱਲ੍ਹ ਕੇ ਕਿੱਥੇ ਚੀਜ਼ਾਂ ਪੇਸ਼ ਕਰਦੀ ਹੈ? ਜੇ ਸਾਨੂੰ ਸਭ ਪਤਾ ਹੈ, ਅਪਰੋਚ ਇਹ ਹੈ, ਤਾਂ ਉਹ ਵੀ ਕਹਿੰਦੇ ਚਲੋ ਠੀਕ ਹੈ, ਗੁਜ਼ਾਰਾ ਕਰੀ ਚੱਲਦੇ ਹਾਂ। ਖੈਰ, ਆਪਾਂ ਕਾਹਤੋਂ ਕਿਉਂ ਬੋਲਦੇ ਹਾਂ ਜੀ, ਜਿਹਨਾਂ ਨੂੰ ਲੋਕਾਂ ਨੇ ਇੰਨਾ ਵੱਡਾ ਬਹੁਮਤ ਦਿੱਤਾ 5 ਸਾਲ ਲਈ, ਉਹਨਾਂ ਦਾ ਰਾਈਟ ਹੈ, ਉਹ ਜੋ ਮਰਜ਼ੀ ਕਰਨ। ਮੁੱਖ ਮੰਤਰੀ ਸਾਹਿਬ ਖੁੱਲ੍ਹ ਕੇ ਖੇਡੋ। ਖੈਰ, ਕੁਰਸੀਆਂ ਕਰਸੀਆਂ ਦਾ ਕੀ ਹੁੰਦਾ, ਮੈਂ ਲਾਸਟ ਵਿੱਚ ਜਾਣਾ ਚਾਹੂੰਗਾ ਸਹਿਮੀਤ ਸਿੰਘ ਜੀ, ਕਮਲਿਆਂ ਦੀ ਗੱਲ ਜਿਹੜੀ ਹੁੰਦੀ ਨਾ, ਕੁਝ ਕਮਲਿਆਂ ਦੇ ਸਿਰ ਚੜ੍ਹ ਕੇ ਤੁਸੀਂ ਵੱਡੇ ਬਖੇੜੇ ਖੜੇ ਕਰ ਲਓ। ਹੁਣ ਸਾਡੇ ਪੰਜਾਬੀਆਂ ਦਾ ਇਹ ਸੁਭਾਅ ਪੁੱਠਾ ਹੈ, ਮਤਲਬ ਜੇ ਕਿਸੇ ਨੇ ਕਹਿਤਾ, ਕੋਈ ਉਲਟ ਸਿੱਧੀ ਬਿਆਨਬਾਜ਼ੀ ਕਰਤੀ, ਟਵਿੱਟਰ ਤੇ ਲਿਖਤਾ, ਆਪਾਂ ਉਹਨੂੰ ਕਮਲਿਆਂ ਦੀ ਤਸ਼ਬੀਹ ਦੇਵਾਂਗੇ, ਤੇ ਤੁਸੀਂ ਉਹਦੇ ਦੁਆਲੇ ਸਿੱਧੇ ਹੋ ਕੇ ਹੋ ਗਏ। ਫਿਰ ਮੁੜ ਕੇ ਥੱਪੜ ਦੀ ਗੱਲ ਚੱਲ ਪਈ ਜੀ, ਉਹ ਥੱਪੜ ਨੂੰ ਤੁਸੀਂ ਕਦੇ ਵੀ ਤਰਕ ਸੰਗਤ ਨਹੀਂ ਮੰਨ ਸਕਦੇ, ਡਿਊਟੀ ਤੇ ਖੜੇ ਬੰਦੇ ਨੂੰ ਤੁਸੀਂ ਇਹ ਹੱਕ ਕਿਵੇਂ ਦੇ ਸਕਦੇ ਹੋ? ਖੈਰ, ਉਹ ਚਲੋ ਜਜ਼ਬਾਤਾਂ ਦਾ ਵੇਗ ਹੈ ਜੀ, ਆਪਾਂ ਉਹ 'ਚ ਵੀ ਆ ਗਏ। ਹੁਣ ਇਹਦੇ ਉੱਤੇ ਹੀ ਗਾਂ ਰੌਲਾ ਜੀ, ਹਿਮਾਚਲ ਨਾਲ ਸਾਡੇ, ਤੁਸੀਂ ਜਦੋਂ ਜੀ ਕਰਦਾ ਹਿਮਾਚਲ ਨੂੰ ਚੜ੍ਹ ਜਾਂਦੇ ਹੋ, ਕਿੰਨੇ ਬੰਦੇ ਤੁਸੀਂ ਹਿਮਾਚਲ ਵੱਲੋਂ ਇੱਧਰੋਂ, ਖਾਸ ਤੌਰ ਤੇ ਅੰਮ੍ਰਿਤਸਰ ਗੁਰਦਾਸਪੁਰ ਏਰੀਆ ਡਲਹੌਜੀ ਵੱਲੋਂ ਸਾਰਾ ਤੁਰਿਆ ਹੁੰਦਾ, ਪਰਲੇ ਬੰਨੇ ਸ਼ਿਮਲੇ ਨੂੰ ਲਾਈਨਾਂ ਲੰਬੀਆਂ, ਮਨਾਲੀ ਨੂੰ, ਉਹ ਉਹਨਾਂ ਲੋਕਾਂ ਦਾ ਕਾਰੋਬਾਰ ਹੀ ਇਸੇ ਗੱਲ ਤੇ ਚੱਲਦਾ ਹੈ। ਜਿੰਨਾ ਚਿਰ ਸਹਮੀਰ ਸਿੰਘ ਜੀ ਪਹਿਲੋਂ ਪਹਿਲ ਨਹੀਂ ਹੁੰਦੀ, ਸਾਡੇ ਬੰਦੇ ਘੱਟ ਥੋੜੀ ਕਰਦੇ ਆ। ਹੁਣ ਜਿਹੜੀਆਂ ਰਿਪੋਰਟਾਂ ਆਉਂਦੀਆਂ ਨੇ, ਸਾਨੂੰ ਥੋੜੇ ਜਿਹੇ ਅੰਦਰ ਝਾਤੀ ਮਾਰਨ ਦੀ ਵੀ ਲੋੜ ਆ। ਚਲੋ ਠੀਕ ਹੈ, ਹੋਰ ਚਾਰ ਗਾਲਾਂ ਵੀ ਮੈਨੂੰ ਕੱਢ ਲਓਗੇ, ਗੱਲ ਇਸ ਗੱਲ ਤੇ ਨਹੀਂ, ਅੰਦਰ ਝਾਤੀ ਮਾਰਨ ਦੀ ਲੋੜ ਆ ਵੀ ਤੁਸੀਂ ਕਿੰਨੀ ਵਾਰੀ ਗਏ ਤੇ ਤੁਹਾਡੇ ਨਾਲ ਕਿੰਨੀ ਬਦਤਮੀਜ਼ੀ ਕੀਤੀ। ਮੈਨੂੰ ਤਾਂ ਉਹਨਾਂ ਦੀ ਪੁਲਿਸ ਵੀ ਹਮੇਸ਼ਾ ਜਿਹੜੀ ਉਹ ਕੋਆਪਰੇਟਿਵ ਲੱਗਦੀ ਆ, ਤੁਸੀਂ ਗਲਤੀ ਵੀ ਕਰੋ ਤੁਹਾਨੂੰ ਸਮਝਾ ਦਿੰਦੇ, ਚਲਾਨ ਨਹੀਂ ਕੱਟਦੇ। ਸ਼ਾਇਦ ਉਹਨਾਂ ਨੂੰ ਪਤਾ ਕਿ ਸਾਡਾ ਕਾਰੋਬਾਰ, ਸਾਡੀ ਸਟੇਟ ਇਹਨਾਂ ਬਾਹਰੋਂ ਆਏ ਲੋਕਾਂ ਦੇ ਸਿਰ ਤੇ, ਟੂਰਿਜ਼ਮ ਦੇ ਸਿਰ ਤੇ ਚੱਲਦੀ ਆ। ਸੋ ਮੈਨੂੰ ਲੱਗਦਾ ਇਹ ਵੀ ਬਹੁਤ ਵੱਡੇ ਯੁੱਧ ਵਾਂਗ ਪੇਸ਼ ਕਰ ਦੇਣਾ ਜੀ, ਆਹ ਤਾਂ ਵੇਖੋ ਜੀ ਆਹ ਹੋ ਗਿਆ। ਸਮੀਰ ਸਿੰਘ ਜੀ, ਇਹਨੂੰ ਕਿੰਨਾ ਤਰਕਪੂਰਨ ਮੰਨੀਏ? ਨਹੀਂ, ਇੱਕ ਸਾਡੇ ਆਦਤ ਇਹ ਜ਼ਰੂਰ ਹੈ ਕਿ ਇੱਕ ਘਟਨਾ ਵਾਪਰ ਗਈ ਹੈ, ਜਿਵੇਂ ਕੁਲਵਿੰਦਰ ਕੌਰ ਔਰ ਕੰਗਨਾ ਵਾਲੀ ਘਟਨਾ ਵਾਪਰ ਗਈ, ਉਹ ਵੀ ਬਹੁਤ ਵੱਡੇ ਵੱਧ ਗਈ, ਮਤਲਬ ਜਿੱਡੀ ਘਟਨਾ ਹੁੰਦੀ ਹੈ ਉਹਦੇ ਤੋਂ ਕਈ ਗੁਣਾ ਜ਼ਿਆਦਾ ਸਾਈਜ਼ ਲੈ ਲੈਂਦੀ ਹੈ, ਫਿਰ ਉਹ ਚੱਲਦਾ, ਕਿਉਂਕਿ ਮੀਡੀਆ ਵੀ ਚਲਾਉਂਦਾ ਤੇ ਮੀਡੀਆ ਵੀ ਵਿਕਦਾ ਉਹ, ਤੇ ਉਹ 'ਚ TRP ਵੀ ਆਉਂਦੀ ਹੈ, ਬਾਕੀ ਚੀਜ਼ਾਂ ਆਉਂਦੀਆਂ ਨੇ, ਉਹ ਸਾਰੀਆਂ ਚੀਜ਼ਾਂ ਵੀ ਚੱਲਦੀਆਂ ਨੇ, ਸਭ ਦਾ ਹੀ ਰੋਲ ਉਹਦੇ 'ਚ ਉਸ ਲੈਵਲ ਦਾ ਵੀ ਹੁੰਦਾ। ਔਰ ਇੱਕ ਗੱਲ ਤਾਂ ਇਹ ਜ਼ਰੂਰ ਹੈ ਕਿ ਸਾਡੇ ਸਿਸਟਮ 'ਚ ਇੰਨੀ ਬੇਭਰੋਸਗੀ ਕਿਉਂ ਹੈ? ਉਹ ਤਾਂ ਚਲੋ ਮੰਨ ਲਈ ਗੱਲ ਕਿ ਕੇਂਦਰ ਤੇ ਪੰਜਾਬ ਦੇ ਦਰਮਿਆਨ ਹੈ, ਇੱਕ ਬਹੁਤ ਬੜਾ ਪਾੜਾ ਲਗਾਤਾਰ ਆ ਰਿਹਾ ਕਿ ਪੰਜਾਬੀਆਂ ਨੂੰ ਲੱਗਦਾ ਕਿ ਕੇਂਦਰ ਇਹ ਕਰਾ ਰਿਹਾ ਤੇ ਉੱਧਰ ਖਾਸ ਤੌਰ ਤੇ ਸਿੱਖਾਂ ਨੂੰ, ਤੇ ਇੱਧਰੋਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਫਿਰ ਉਹ ਕਹਿੰਦੇ ਨੇ ਹੁਣ ਆਪਣੀ ਕੁੜੀ ਆ ਜਾਂ ਆਪਣਾ ਮੁੰਡਾ, ਉਹਨੇ ਇਹ ਕੀਤਾ, ਆਪਾਂ ਉਹਦੇ ਮਗਰ ਖੜਨਾ ਇਸ ਮਾਮਲੇ ਦੇ ਵਿੱਚ। ਪਰ ਜਿਹੜਾ ਹਿਮਾਚਲ ਵਾਲਾ ਕੁਐਸਚਨ ਹੈ, ਮਤਲਬ ਕਿਸੇ ਇੱਕਾ ਦੁੱਕਾ ਘਟਨਾ ਨੂੰ ਤੁਸੀਂ ਸਾਰੀਆਂ ਘਟਨਾਵਾਂ ਨਾਲ ਜੋੜ ਦਿਓਗੇ ਹਰ ਘਟਨਾ ਨੂੰ, ਇਹ ਤਾਂ ਨਹੀਂ ਹੁੰਦਾ। ਜੇ ਉਹ ਟ੍ਰੈਂਡ ਬਣ ਗਿਆ, ਜੇ ਉਹ ਟ੍ਰੈਂਡ ਹੈ, ਰੁਝਾਨ ਬਣ ਗਿਆ ਕਿ ਉਹ ਲਗਾਤਾਰਤਾ 'ਚ ਇਹ ਚੀਜ਼ ਵਾਪਰਨ ਲੱਗ ਗਈ ਹੈ, ਕਈ ਕੇਸ ਆ ਗਏ ਨੇ, ਫਿਰ ਇਹ ਠੀਕ ਹੈ ਕਿ ਫਿਰ ਇਹ ਸਵਾਲ ਉਠਾਇਆ ਵੀ ਜਾ ਸਕਦਾ ਹੁੰਦਾ ਕਿ ਇਹ ਸ਼ਾਇਦ ਇਸ ਵਜ੍ਹਾ ਕਰਕੇ ਇਹ ਗੱਲ ਵਾਪਰ ਰਹੀ ਹੈ। ਤੇ ਜਿਹੜਾ ਉਹ NRI ਤੇ ਉਹਦੀ ਸਪਾਈਨਸ ਵਾਈਫ ਆਈ ਸੀਗੀ, ਜਿਹੜੇ ਵੀ ਮਾਮਲੇ ਦੇ ਵਿੱਚ ਕੀ ਕਾਰਨ ਹੋਇਆ ਪਤਾ ਨਹੀਂ, ਅਜੇ ਇਨਵੈਸਟੀਗੇਸ਼ਨ ਉਸ ਪੱਧਰ ਤੇ ਉਹਨਾਂ ਨਹੀਂ ਹੋਈ। ਸਾਡੇ ਮਿਨਿਸਟਰ ਗਏ ਆਪਣੇ ਧਾਲੀਵਾਲ ਸਾਹਿਬ ਉਹਨਾਂ ਨੂੰ ਮਿਲਣ, ਤੇ 0 FIR ਦਰਜ ਕਰਵਾਤੀ, ਮਤਲਬ ਪੰਜਾਬ ਸਰਕਾਰ ਨੇ। ਤੇ ਜੇ ਐਡੀ ਉਹ ਗੱਲ ਹੈ ਤਾਂ ਪੰਜਾਬ ਸਰਕਾਰ ਚੱਕ ਕੇ ਪੰਜਾਬ ਦਾ ਮਿਨਿਸਟਰ ਉੱਥੇ ਦੇ ਮਿਨਿਸਟਰ ਨਾਲ ਗੱਲ ਕਿਉਂ ਨਹੀਂ ਕਰ ਲੈਂਦਾ ਹਿਮਾਚਲ ਦੇ ਨਾਲ, ਤੇ ਜਾਂ ਕਿਸੇ ਉੱਥੇ ਦੇ ਪੁਲਿਸ ਅਫਸਰ ਨਾਲ, DGP ਨਾਲ, ਜਾਂ ਮਤਲਬ ਚੀਫ ਮਿਨਿਸਟਰ ਨਾਲ ਵੀ, ਜਾਂ ਚੀਫ ਮਿਨਿਸਟਰ ਨਾਲ ਗੱਲ ਕਿਉਂ ਨਹੀਂ ਕਰ ਲੈਂਦਾ ਵੀ ਆਹ ਮਾਮਲਾ ਸਾਡੇ ਆਹ ਹੋਇਆ ਤੇ ਇਹਦੇ ਤੇ ਅਸੀਂ ਚਾਹੁੰਦੇ ਹਾਂ ਕਿ ਜੈਨੂਅਨ
ਜਾਂਚ ਹੋਵੇ ਤੇ ਜਾਂਚ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ। ਗੱਲ ਤਾਂ ਇੰਨੀ ਕਿ ਬੰਦੇ ਆਪੋ ਆਪਣੀ ਪੋਲੀਟੀਕਲ ਗੇਮ ਖੇਡ ਰਹੇ ਨੇ ਅਸਲ ਦੇ ਵਿੱਚ, ਸਾਨੂੰ ਉਦੋਂ ਅੱਗੇ ਗੱਲ ਹੀ ਨਹੀਂ ਨਜ਼ਰ ਆ ਰਹੀ ਵੀ ਅਸੀਂ ਹੋਰ ਵੀ ਕੁਝ ਕਰ ਰਹੇ ਹਾਂ। ਔਰ ਇਸੇ ਕਰਕੇ ਸ਼ਾਇਦ ਚੱਲੀ ਨੇ ਵੀ ਜਿਹੜਾ ਉਹ ਹੁੰਦਾ ਨਾ ਵੀ ਆਪਾਂ ਦਿਖਾ ਕੇ ਫੋਨ ਕਰਨਾ, ਆਪਾਂ ਵੀ ਕਰਦੇ ਹਾਂ ਕਈ ਦਿਨ ਬਾਅਦ ਆਪਾਂ ਕਰ ਲੈਂਦੇ ਹਾਂ ਤੇ ਚਲੋ, ਕਿਉਂਕਿ ਕਾਂਗਰਸ ਪਾਰਟੀ ਦਾ ਹੀ ਹੈ ਤੇ ਉਹਦੀ ਗੱਲ, ਉਹਨਾਂ ਦੀ ਗੱਲ ਸੁਣੀ ਵੀ ਹੋਣੀ ਹੈ ਕਿ ਭਾਈ ਇਹ ਗੱਲ ਨੂੰ ਦੇਖੋ ਜੀ। ਔਰ ਉਹਦਾ ਇੱਕ ਗੱਲ ਫਾਇਦਾ ਵੀ ਇੱਕ ਗਲਤ 'ਚ ਤਾਂ ਹੋਇਆ ਹੀ ਹੈ ਖੈਰ, ਕਿ ਚੀਫ ਮਿਨਿਸਟਰ ਨੇ ਕਿਹਾ ਕਿ ਉਹਦੇ ਜਾਂਚ ਦੇ ਆਰਡਰ ਦਿੱਤੇ ਨੇ, ਬਾਕੀ ਪੁਲਿਸ ਮੁਖੀ ਨੇ ਕਿਹਾ ਕਿ ਨਹੀਂ ਇਹ ਇਹੋ ਜਿਹੀ ਇਹ ਘਟਨਾ ਹੀ ਨਹੀਂ ਹੈ, ਅਸੀਂ ਜਾਂਚ ਕਰ ਲਈ ਹੈ ਤੇ ਇਹ ਘਟਨਾ ਦਾ ਕੰਗਣਾ ਨਾਲ ਜਾਂ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ। ਹਾਂ, ਜਾਂ ਤਾਂ ਤੁਹਾਨੂੰ ਲੱਗਦਾ ਵੀ ਇਹੀ ਸੰਬੰਧ ਹੈ ਤਾਂ ਤੱਥ ਪੇਸ਼ ਕਰਨੇ ਪੈਣਗੇ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ, ਨਹੀਂ ਤਾਂ ਫਿਰ ਉਹ ਗੱਲ ਜਿਹੜੀ ਹੈ। ਪਰ ਸਵਾਲ ਇਹ ਵੀ ਹੈ ਇੱਕ ਨਾਲ, ਇੰਨੇ ਦਿਨ ਕਿਉਂ ਕੱਢਦੇ ਨੇ ਉਸ ਜਾਂਚ ਨੂੰ? ਜਾਂਚ ਕਿੱਡੀ ਵੱਡੀ ਗੱਲ ਸੀ ਇਹ, ਜਾ ਕੇ ਜਿੱਥੇ ਉਹ ਠਹਿਰੇ ਹੋਏ ਸੀ ਉਹਨਾਂ ਤੋਂ ਪੁੱਛਗਿੱਛ ਕਰਕੇ ਪੁਲਿਸ, ਜੇ ਅਗਲੇ ਦਿਨ ਹੀ ਜਦੋਂ ਇਹ ਜਾਂਚ ਹੁੰਦਾ, ਜਦੋਂ ਇਹ ਸੈਂਸਿਟਿਵ ਇਸ਼ੂ ਹੋ ਜਾਂਦੇ ਨੇ, ਉਹਨਾਂ ਨੂੰ ਪਤਾ ਕਿ ਕੁਲਵਿੰਦਰ ਕੌਰ ਤੇ ਕੰਗਣਾ ਦਾ ਮਾਮਲਾ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਤੁਰਿਆ ਫਿਰਦਾ, ਬਹੁਤ ਬੜਾ ਵੱਧ ਗਿਆ, ਤੇ ਹੁਣ ਇਹ ਅੱਗੇ ਵਧੂਗਾ ਤਾਂ ਉੱਥੇ ਦੀ ਪੁਲਿਸ ਦੀ ਜ਼ਿੰਮੇਵਾਰੀ ਤਾਂ ਤੁਰੰਤ ਬਣਦੀ ਸੀ, ਜਾਂ ਸਿਵਲ ਪ੍ਰਸ਼ਾਸਨ ਦੀ ਵੀ, ਇਹਨੂੰ ਤੁਰੰਤ ਇਹਦੀ ਜਿੰਨੀ ਕੁ ਇਨਫੋਰਮੇਸ਼ਨ ਲੈ ਕੇ ਤੁਰੰਤ ਪ੍ਰੈਸ ਦੇ ਵਿੱਚ ਜਾਂ ਇੱਥੇ ਦੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਉਹਨੂੰ ਦੱਸ ਦਿੱਤਾ ਜਾਂਦਾ ਕਿ ਆਹ ਮਾਮਲਾ, ਤਾਂ ਕਿ ਗੱਲ ਅੱਗੇ ਨਾ ਵਧਾਈ ਜਾਏ। ਇਸ ਲਈ ਇਹ ਪ੍ਰਸ਼ਾਸਨਿਕ ਐਂਗਲ ਵੀ ਹੈ ਜਿਹੜਾ ਸੁਸਤ ਰਹਿੰਦਾ ਹੈ, ਜਿਹੜਾ ਨਹੀਂ ਮੌਕੇ ਤੇ ਕੰਮ ਕਰਦਾ, ਇੰਨੇ ਦਿਨ ਵਧਾ ਕੇ ਇੰਨਾ ਔਰਾ ਕ੍ਰੀਏਟ ਕਰਕੇ ਉਦੋਂ ਬਾਅਦ ਫਿਰ ਤੁਸੀਂ ਕਹਿੰਦੇ ਹੋ, ਤਾਂ ਉਹ ਗੱਲ ਦਾ ਮਜ਼ਾ ਉਸ ਲੈਵਲ ਤੇ ਆਉਂਦਾ ਨਹੀਂ ਹੈ। ਹਾਂ, ਸਾਡੇ ਵੀ ਇਹੀ ਹੈ ਕਿ ਇੱਕ ਦੂਜੇ ਨਾਲ ਰਾਬਤਾ ਅਸੀਂ ਕਿਉਂ ਨਹੀਂ ਕਰਦੇ, ਸਾਡੀਆਂ ਸਰਕਾਰਾਂ ਦੂਜੀਆਂ ਸਰਕਾਰਾਂ ਦੇ ਨਾਲ ਤੇ ਸਾਡੇ ਲੋਕ ਦੂਜੇ ਲੋਕਾਂ ਦੇ ਨਾਲ, ਔਰ ਅਸੀਂ ਸਰਕਾਰ ਤੇ ਘੱਟ ਵਜਨ ਪਾਉਂਦੇ ਹਾਂ, ਮਤਲਬ ਸਰਕਾਰ ਨੂੰ ਚੈਲੰਜ ਵੀ ਨਹੀਂ ਕਰਦੇ ਵੀ ਤੁਸੀਂ ਕਿਉਂ ਨਹੀਂ ਇਹਦਾ ਜਵਾਬ ਲੱਭ ਕੇ ਦਿੰਦੇ। ਤੇ ਸਾਡੇ ਫਿਰ ਇੱਕ ਹੋਰ ਤਰੀਕਾ ਹੈ, ਨਿਹੰਗ ਸਿੰਘ ਇੱਥੇ ਸੀਗੇ ਖੜੇ, ਉਹ ਹਿਮਾਚਲ ਵਾਲਿਆਂ ਨੂੰ ਘੇਰ ਕੇ ਪੁੱਛ ਰਹੇ ਨੇ, ਇੱਕ ਵੀਡੀਓ ਮੈਂ ਦੇਖ ਰਿਹਾ ਸੀ ਵੀ ਸਾਨੂੰ ਤਾਂ ਉੱਪਰ ਚੜ੍ਹਨ ਤੋਂ ਬਿਨਾਂ ਸਰ ਜੂਗਾ ਜੇ ਤੁਸੀਂ ਨੀਚੇ ਆਏ, ਅਸੀਂ ਬੰਦ ਕਰਤੀਆਂ ਤੁਹਾਡੀਆਂ ਸਾਰੀਆਂ ਗੱਡੀਆਂ ਜਾਂ ਬਾਕੀ ਤੁਸੀਂ ਕਰੋਗੇ ਕੀ? ਤੇ ਨਿਹੰਗ ਸਿੰਘ ਫੌਜਾਂ ਤਾਂ ਇਹ ਕਰ ਸਕਦੀਆਂ ਨੇ, ਪਰ ਇਹਦਾ ਮਤਲਬ ਫਿਰ ਕਾਨੂੰਨ ਕਿੱਥੇ ਜਾਂਦਾ? ਸਰਕਾਰਾਂ ਕਿਉਂ ਨਹੀਂ ਕਰਦੀਆਂ? ਮਤਲਬ ਸਰਕਾਰਾਂ ਤੇ ਹੀ ਪ੍ਰੈਸ਼ਰ ਅਸੀਂ ਕਿਉਂ ਨਹੀਂ ਪਾਉਂਦੇ ਹਰ ਗੱਲ ਤੇ? ਵੀ ਐਵੇਂ ਵੀ ਕਿਉਂ ਖੜ ਜਾਂਦੇ ਆ? ਹਰੇਕ ਗੱਲ ਤਾਂ ਤੁਹਾਡੇ ਕਾਨੂੰਨ ਹੱਥ ਚ ਲੈਣ ਵਾਲੀ ਨਹੀਂ ਹੁੰਦੀ ਨਾ। ਜਦੋਂ ਸਰਕਾਰਾਂ ਨਹੀਂ ਕਰਨਗੀਆਂ, ਤੁਸੀਂ ਸਰਕਾਰਾਂ ਨੂੰ ਬਹੁਤ ਵਾਰੀ ਕਹਿਤਾ ਹੋਵੇ, ਆਪਣੀ ਗੱਲ ਪਹੁੰਚਾਈ ਹੈ, ਫਿਰ ਤੁਸੀਂ ਸਰਕਾਰ ਨੂੰ ਚੈਲੰਜ ਕਰ ਦਿਓ, ਭਾਈ ਤੁਸੀਂ ਨਹੀਂ ਕਰਦੇ ਤਾਂ ਸਾਨੂੰ ਕੁਝ ਕਰਨਾ ਪਏਗਾ। ਪਹਿਲੇ ਹੀ ਅਸੀਂ ਇਹ ਤਿਆਰ ਕਿਵੇਂ ਰਹਿੰਦੇ ਹਾਂ ਵੀ ਇੱਕ ਦੂਜੇ ਨਾਲ ਪੰਗਾ ਲੈਣ ਦੇ ਲਈ। ਦੂਜੇ ਪਾਸੇ ਖਾਸ ਤੌਰ ਦੇ ਉੱਤੇ ਸਿੱਖੀ ਤਾਂ ਜਾਂ ਸਿੱਖ ਜਮ ਜਾਂ ਪੰਜਾਬ ਦੀ ਧਰਤੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਜਸਟਿਸ ਦੀ ਗੱਲ ਕਰਦੀ ਹੈ, ਇਨਸਾਫ ਦੀ ਗੱਲ ਕਰਦੀ ਹੈ, ਮਾਨਸ ਕੀ ਜਾਤ ਸਭ ਇੱਕ ਪਹਿਚਾਣ ਦੀ ਗੱਲ ਕਰਦੀ ਹੈ। ਸਾਡਾ ਟਕਰਾਅ ਕੋਈ ਇਹ ਨਹੀਂ ਉਹ ਪਹਾੜੀ ਹੈ, ਇਹ ਪੰਜਾਬੀ ਹੈ, ਉਹ ਫਲਾਨਾ, ਇਹ ਧਿਮਕ ਹੈ, ਇਹ ਜੇਕਰ ਟਕਰਾਅ ਦੇ ਮੁੱਦੇ ਬਣਦੇ ਨੇ ਤਾਂ ਇਹ ਸਾਡੀ ਫਿਲਾਸਫੀ ਤੋਂ ਵੀ ਉਲਟ ਕਈ ਵਾਰ ਗੱਲਾਂ ਅਸੀਂ ਕਰਦੇ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਟੈਕਨੀਕਲ ਛੋਟੇ ਮੁੱਦੇ ਹੁੰਦੇ ਨੇ, ਉਹਨੂੰ ਵੱਡਾ ਬਣਾ ਕੇ ਪੇਸ਼ ਕਰਨ ਦਾ ਜਿਹੜਾ ਇੱਕ ਤਰੀਕਾ ਹੁੰਦਾ, ਉਹ ਬਿਨਾਂ ਮਤਲਬ ਦਾ ਤਰੀਕਾ ਹੁੰਦਾ। ਔਰ ਹਰਿਆਣੇ ਨੇ ਇਹ ਤਰੀਕਾ ਕੀਤਾ ਸੀ 1982 ਦੀਆਂ ਗੇਮ 'ਚ, ਜਦੋਂ ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਹਰ ਪੱਗ ਵਾਲੇ ਬੰਦੇ ਨੂੰ ਮੋੜ ਦਿਓ, ਉਹਦਾ ਖਮਿਆਜਾ ਭਗਤ ਭਜਨ ਲਾਲ ਤੋਂ ਲੈ ਕੇ ਵੱਖ ਵੱਖ ਨੂੰ ਕਿੰਨਾ ਭੁਗਤਣਾ ਪਿਆ ਤੇ ਪੰਜਾਬ ਨੂੰ ਤੇ ਦੇਸ਼ ਨੂੰ। ਇਹ ਛੋਟੀਆਂ ਗੱਲਾਂ ਨਹੀਂ ਹੁੰਦੀਆਂ, ਇਸ ਲਈ ਛੋਟੀਆਂ ਕਈ ਵਾਰ ਲੱਗਦੀਆਂ ਨੇ ਸੁਗਲ ਦੇ ਵਿੱਚ, ਇਹਨਾਂ ਗੱਲਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ। ਹਾਂ, ਉਹ ਹੁਣ ਉਹਨਾਂ ਦੀ ਪੁਲਿਸ ਦਾ ਇੱਕ ਇਹ ਵੀ ਪੱਖ ਹੈ ਕਿ ਜਦੋਂ ਸਥਾਨਕ ਲੋਕਾਂ ਨਾਲ ਇਹਨਾਂ ਦਾ ਝਗੜਾ ਹੋਇਆ ਤੇ ਝਗੜਾ ਕਿਸੇ ਹੋਰ ਹੀ ਗੱਲ ਤੋਂ ਹੋਇਆ, ਤੇ ਉਹ ਤੋਂ ਬਾਅਦ ਇਹਨਾਂ ਨੂੰ ਥਾਣੇ ਵੀ ਲਿਆਂਦਾ ਗਿਆ, ਇਹਨਾਂ ਨੂੰ ਪੁੱਛਿਆ ਗਿਆ, ਕਾਰਵਾਈ ਕਿਸੇ ਨੇ ਕਰਾਉਣ ਦੀ ਗੱਲ ਨਹੀਂ ਕੀਤੀ, ਸਾਰੇ ਉੱਥੇ ਉਹ ਗੱਲਾਂ ਹੋਰ ਨੇ। ਦੂਜੇ ਬੰਨੇ ਹੁਣ ਬੰਦਾ ਇਹਨਾਂ ਨੇ ਨਿਹੰਗ ਸਿੰਘਾਂ ਨੂੰ ਪੁੱਛੇ, ਵੈਸੇ ਉਹ ਵੀ ਸਤਿਕਾਰਯੋਗ ਨੇ, ਪਰ ਜਿਹੜੇ ਬੰਦਿਆਂ ਨੂੰ ਤੁਸੀਂ ਖੜਾ ਕੇ ਪੁੱਛ ਰਹੇ ਹੋ, ਉਹਨਾਂ ਵਿਚਾਰਿਆਂ ਨੂੰ ਭਾਵੇਂ ਪਤਾ ਵੀ ਨਾ ਹੋਵੇ ਕਿ ਪੰਜਾਬ 'ਚ ਕਿਹੋ ਜਿਹੀ ਖਬਰ ਛਪੀ ਹੈ, ਉਹ ਤਾਂ ਵਿਚਾਰੇ ਆਏ ਹੋਣੇ ਆ, ਉਹ ਡੌਰ ਭੋਰੇ ਹੋਣੇ ਆ ਵੀ ਇਹ ਐਡੇ ਐਡੇ ਜੁੱਸਿਆਂ ਵਾਲੇ ਬੰਦੇ ਤੇ
ਐਡੇ ਐਡੇ ਇਹਨਾਂ ਕੋਲ ਕਿਰਪਾਨਾਂ ਕਿਤੇ ਸਾਡਾ ਗਾਟਾ ਹੀ ਨਾ ਲਾ ਦੇਣ। ਮੈਨੂੰ ਲੱਗਦਾ ਕਿ ਸਾਨੂੰ ਥੋੜਾ ਜਿਹਾ ਇਸ ਤਰ੍ਹਾਂ ਦੀ ਅਪਰੋਚ ਤੋਂ ਪਿਛਾਂ ਆਉਣਾ ਚਾਹੀਦਾ। ਲੜਾਈ ਜੰਗਾਂ 'ਚ ਹੁੰਦੀ ਆ ਨਾ, ਜੰਗਾਂ ਦੇ ਮੈਦਾਨ ਦੇ ਵਿੱਚ ਤੁਸੀਂ ਆਪਣੇ ਜ਼ੋਰ ਦਿਖਾਉਣੇ ਹੁੰਦੇ ਆ ਕਿ ਸੜਕ ਦੇ ਉੱਤੇ ਅਸੀਂ ਐਵੇਂ ਹੀ, ਔਰ ਦੂਜੇ ਬੰਨੇ ਕੋਈ ਨਾ ਕੋਈ ਉਹਦੀ ਰੀਲ ਬਣਾ ਰਿਹਾ ਹੁੰਦਾ। ਸਾਹਮੀਰ ਸਿੰਘ ਜੀ, ਇਹ ਵੀ ਬੜਾ ਇੱਕ ਅਜੀਬ ਟ੍ਰੈਂਡ ਆ ਵੀ ਜਦੋਂ ਕੋਈ ਵੀ ਘਟਨਾ ਵਾਪਰ ਰਹੀ ਹੁੰਦੀ ਆ ਉਹਦੀ ਵੀਡੀਓ ਬੜੀ ਛੇਤੀ ਆਉਂਦੀ ਆ, ਉਹ ਵੀਡੀਓ ਨਾਲ ਬਣ ਰਹੀ ਹੁੰਦੀ ਆ। ਆਪਾਂ ਨੂੰ ਥੋੜਾ ਜਿਹਾ ਸੰਜਮੀ ਹੋਣਾ ਚਾਹੀਦਾ। ਮੈਨੂੰ ਲੱਗਦਾ ਸਾਡੇ ਰੋਲ ਦੀ, ਜਿਹੜੇ ਖਾਸ ਤੌਰ ਤੇ ਮੀਡੀਆ 'ਚ ਬੈਠੇ ਲੋਕ ਆ, ਕਿਸੇ ਵੀ ਤਰ੍ਹਾਂ ਨਾਲ ਉਹ ਕੰਮ ਕਰ ਰਹੇ ਆ, ਉਹਨਾਂ ਨੂੰ ਵੀ ਥੋੜਾ ਜਿਹਾ ਸੁਹਿਰਦ ਹੋਣ ਦੀ ਲੋੜ ਆ ਹਰ ਚੀਜ਼। ਅਸੀਂ ਇਹ ਆਪਣੇ ਕਿ ਸਾਨੂੰ ਕਿੰਨੇ ਲੋਕਾਂ ਨੇ ਦੇਖ ਲਿਆ ਤੱਕ ਨਾ ਜਾਈਏ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸ਼ੁਕਰੀਆ ਜੀ।